ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਕਿੱਥੇ ਉੱਠ ਅਤੇ ਕਿੱਥੇ ਉੱਠ ਦੀ ਗਿੱਚੀ, ਵੀ ਕਿੱਥੇ ਕਨੇਡਾ ਅਤੇ ਕਿੱਥੇ ਰਹਿਮੇ ਸ਼ਾਹ। ਕਨੇਡਾ ਦੇ ਵਿੱਚੋਂ ਇੱਕ ਟਰੱਕ ਡਰਾਈਵਰ ਜੀ ਉੱਥੇ ਟਰੱਕ ਰੋਡ ਦੇ ਉੱਤੇ ਖੜ੍ਹਾ ਕਰਕੇ ਛੇਤੀ ਛੇਤੀ ਜਹਾਜ਼ ਚੜ੍ਹ ਕੇ ਅਤੇ ਸਾਡੇ ਕੋਲ ਰਹਿਮੇ ਸ਼ਾਹ ਪਹੁੰਚਿਆ ਜੀ। ਜੀ ਆਇਆਂ ਨੂੰ ਸਤਿ ਬਿਸਮਿਲ੍ਲਾ, ਤੁਹਾਡਾ ਨਾਂ ਸਿਰ ਮੱਥੇ 'ਤੇ ਜੀ। ਅਨਸ ਚੀਮਾ ਸਾਹਿਬ ਜੀ ਸਾਡੇ ਇੱਕ ਪਾਕਿਸਤਾਨ ਦੇ ਪੁੱਤਰ ਜੀ ਉੱਥੇ ਟਰੱਕ ਚਲਾਉਂਦੇ, ਜਿਵੇਂ ਸਾਨੂੰ ਬਹੁਤ ਟਰੱਕਾਂ ਵਾਲੇ ਉੱਥੋਂ ਟੈਲੀਫੋਨ ਵੀ ਕਰਦੇ, ਸਾਨੂੰ ਪਿਆਰ ਵੀ ਬੜਾ ਕਰਦੇ, ਸਾਨੂੰ ਸੁਣਦੇ ਵੀ ਬੜੇ, ਸਾਨੂੰ ਸਪੋਰਟ ਵੀ ਬੜੀ ਕਰਦੇ। ਜਿਵੇਂ ਅਰਬਾਂ ਦੇ ਵਿੱਚ ਆ ਸਾਊਦੀ ਅਰਬ ਆ, ਦੁਬਈ, ਮਸਕਤ, ਓਮਾਨ, ਕਨੇਡਾ, ਅਮਰੀਕਾ, ਜਿੱਥੇ ਜਿੱਥੇ ਵੀ ਉਹ ਟਰੱਕ ਚਲਾਉਂਦੇ ਨਾ, ਸਾਡੇ ਚੜ੍ਹਦੇ ਪੰਜਾਬ ਦੇ ਸਰਦਾਰ ਭਰਾ ਅਤੇ ਸਾਡੇ ਇੱਥੋਂ ਧੀ ਪੁੱਤਰ ਜਿੰਨੇ ਵੀ ਗਏ ਹੋਏ ਆ, ਸਾਨੂੰ ਬਹੁਤ ਪਿਆਰ ਕਰਦੇ, ਅਸੀਂ ਬੜੇ ਉਹਨਾਂ ਦੇ ਸ਼ੁਕਰ ਗੁਜ਼ਾਰ ਹਾਂ। ਇਹ ਵੀਡੀਓ ਦੇ ਰਾਹੀਂ ਅਸੀਂ ਉਹਨਾਂ ਦਾ ਖਸੂਸੀ ਸ਼ੁਕਰੀਆ ਅਦਾ ਕਰਦੇ ਹਾਂ। ਅਤੇ ਸਾਡੇ ਕੋਲ ਅੱਜ ਇੱਕ ਟਰੱਕ ਡਰਾਈਵਰ ਅਨਸ ਚੀਮਾ ਸਾਹਿਬ ਬੈਠੇ ਹਾਂ ਜੀ, ਅਸੀਂ ਇਹਨਾਂ ਕੋਲੋਂ ਟਰੱਕ ਦੀ ਡਰਾਈਵਰੀ ਦੀਆਂ ਗੱਲਾਂ ਬਾਤਾਂ ਵੀ ਪੁੱਛਦੇ ਹਾਂ ਅਤੇ ਨਾਲੇ ਟਰੱਕ ਡਰਾਈਵਰਾਂ ਦੇ ਦੁੱਖ ਸੁੱਖ ਉਹ ਸਾਰੇ ਸਾਂਝੇ ਕਰਦੇ ਹਾਂ। ਜਿਹੜੀ ਆਹ ਜਾਬ ਹੈ ਨਾ ਉਹ ਟਰੱਕ ਦੀ ਜਾਬ ਹੈ। ਵਾਹ 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 ਵਾਹ। ਯਾਨੀ ਕਿ ਉੱਥੇ ਬੰਦਾ, ਕੋਈ ਬੰਦਾ ਅਗਰ ਗਿਣਿਆ ਜਾਂਦਾ ਸੀ ਕਿ ਵਾਹ ਵਾਹ ਕਮਾਉਂਦਾ ਹੈ ਜਾਂ ਚੰਗਾ ਸੌਖਾ, ਤੁਹਾਨੂੰ ਕਹਿੰਦੇ ਤੁਸੀਂ ਟਰੱਕ ਤੇ ਨਹੀਂ ਚਲਾਉਂਦੇ। ਅੱਛਾ, ਠੀਕ ਹੈ। ਯਾਨੀ ਕਿ ਟਰੱਕ ਵਾਲੇ ਨੂੰ ਸਪੈਸ਼ਲ ਨਜ਼ਰ ਨਾਲ ਵੇਖਿਆ ਜਾਂਦਾ ਸੀ ਵੀ ਇਹ ਬੰਦਾ ਟਰੱਕ ਬਾਇਜ਼ਤ ਨੌਕਰੀ, ਬਾਇਜ਼ਤ ਨੌਕਰੀ ਸੀ। ਹੁਣ ਨਹੀਂ ਹੈ, ਹੁਣ ਕਿਉਂਕਿ ਹਰ ਬੰਦਾ ਹੀ ਚਲਾਉਂਦਾ ਹੈ ਅਤੇ ਹਰ ਬੰਦੇ ਕੋਲ ਲਾਇਸੈਂਸ ਹੈ। ਅੱਛਾ, ਹੁਣ ਉਹ ਕੰਮ ਨਹੀਂ ਰਿਹਾ। ਤੁਸੀਂ ਪਹਿਲਾਂ 25 ਸਾਲ ਪਹਿਲਾਂ ਦੀ ਗੱਲ ਕਰਦੇ? ਹਾਂਜੀ, ਅਤੇ ਮੈਂ ਤਕਰੀਬਨ 2009 'ਚ ਸ਼ੁਰੂ ਕੀਤਾ ਟਰੱਕ ਦਾ, ਲਿਆ ਲਾਇਸੈਂਸ ਅਤੇ 16 ਸਾਲ ਹੋ ਗਏ ਇਕੱਲਾ ਹੀ ਚਲਾਉਣਾ। ਅੱਛਾ ਅੱਛਾ। ਸ਼ੁਰੂ 'ਚ 2-4 ਮਹੀਨੇ ਟ੍ਰੇਨਿੰਗ ਵਾਸਤੇ ਬੰਦਾ ਨਾਲ ਚੱਲਦਾ ਸੀ, ਠੀਕ ਹੈ। ਉਸ ਤੋਂ ਬਾਅਦ ਫਿਰ ਖੁਦ ਹੀ ਚਲਾਇਆ। ਆਰਫ ਵਾਲੇ ਦੇ ਵਿੱਚ ਪਿੰਡ ਕਿਹੜਾ ਜੀ? ਸਾਡਾ ਪਿੰਡ 63EB। 63EB, EB ਲੱਗਦਾ ਜੀ ਈਸਟ ਬ੍ਰਾਂਚ ਸਾਡੇ ਆ। EB ਅੰਗਰੇਜ਼ ਨੇ ਲਾਇਆ ਸੀ, ਨਹਿਰੀ ਨਿਜ਼ਾਮ ਦੇ ਨਾਲ ਹੀ। ਇੱਦਾਂ ਹੀ ਹੈ ਸਾਡੇ ਵੀ, ਜਿਵੇਂ ਗਾਬੇ ਲੱਗਦਾ GB ਗੁਗੇਰਾ ਬ੍ਰਾਂਚ। ਅਤੇ ਇਹ ਤੁਹਾਡਾ ਉੱਧਰੋਂ ਪੱਕ ਚੜ੍ਹਦੇ ਪੰਜਾਬ 'ਚੋਂ ਆਏ ਸੀ ਬਜ਼ੁਰਗ ਤੁਹਾਡੇ? ਨਹੀਂ, ਅਸੀਂ ਇੱਥੇ ਦੇ ਰਹਿਣ ਵਾਲੇ, 1926 ਦੇ ਇੱਥੇ ਰਹਿਣ ਵਾਲੇ। ਵੈਸੇ ਵੀ ਸਿਆਲਕੋਟ ਤੋਂ ਹੀ ਮਾਈਗ੍ਰੇਟ ਕਰਕੇ, ਸਿਆਲਕੋਟ ਤੋਂ ਜਿਹੜੇ ਆਏ ਸੀਗੇ। ਇਹ ਜੀ ਚੀਮਿਆਂ ਦੇ ਉੱਧਰੋਂ ਪਿੰਡ ਬੜੇ ਉੱਠੇ ਸੀ ਸਿਆਲਕੋਟ ਦੇ ਵਿੱਚੋਂ। ਹਾਂਜੀ, ਕੋਈ ਕਿਸ ਟਾਈਮ ਉੱਠੇ, ਕੋਈ ਕਿਸ ਟਾਈਮ? ਅਜੇ ਵੀ ਅੱਧੇ ਉੱਥੇ ਹੀ ਨੇ। 30-40 ਪਿੰਡ ਤਾਂ ਉੱਠ ਕੇ ਸਿਆਲਕੋਟ ਤੋਂ ਸਾਡੇ ਗੋਜਰੇ ਆ ਕੇ ਬੈਠੇ ਚੀਮਿਆਂ ਦੇ, ਉੱਥੇ ਵੀ ਸਾਡੀ ਰਿਸ਼ਤੇਦਾਰੀ। ਹਾਂਜੀ, ਅਤੇ ਕੋਈ ਚੀਮਿਆਂ ਦੇ ਉੱਥੋਂ ਉੱਠ ਕੇ ਗੁਜਰਾਂ ਵਾਲੇ ਤੋਂ ਉੱਠ ਕੇ ਆ ਕੇ ਜਿਵੇਂ ਚੀਚਾ ਵਤਨੀ ਬੈਠੇ, ਜਿੱਦਾਂ ਤੁਹਾਡੇ ਆਰਫ ਵਾਲੇ ਬੈਠੇ ਸਿਆਲਕੋਟ ਤੋਂ, ਇੱਦਾਂ ਫਿਰ ਇਹਨਾਂ ਨੇ ਆ ਕੇ ਇਹ ਬਾਰ ਆਬਾਦ ਕੀਤੀ ਸੀ ਤੁਹਾਡੀ, ਨੀਲੀ ਦੀ ਬਾਰ। ਹਾਂਜੀ, ਅਤੇ ਅਸੀਂ ਅੱਜ ਗੰਜੀ ਦੀ ਬਾਰ ਵੀ ਗਏ ਸੀ, ਉੱਥੋਂ ਅਸੀਂ ਆ ਕੇ ਹੁਣੇ ਬੈਠੇ। ਸਹੀ। ਅੱਛਾ, ਅਸੀਂ ਆਪਾਂ ਜਿਹੜਾ ਇਸ ਟਾਈਮ ਬੈਠੇ ਹਾਂ ਇਹ ਸੰਦਲਬਾਰ ਆ ਜਿਹਦੇ ਸਾਡੇ, ਠੀਕ। ਹਾਂਜੀ, ਇੱਦਾਂ ਆ ਕੇ ਉਹ ਬਾਰਾਂ ਉਸ ਟਾਈਮ ਆਬਾਦ ਕੀਤੀਆਂ ਸੀ, ਉੱਧਰ ਲਿਆ ਕੇ ਬੰਦਿਆਂ ਨੇ ਫਿਰ ਆ ਕੇ ਜ਼ਿੰਮੀਦਾਰਾ ਕੀਤਾ, ਇਹ ਸਾਰਾ ਜੰਗਲ ਸੀਗਾ ਇਹਨੂੰ ਆਬਾਦ ਕੀਤਾ। ਅੱਛਾ ਜੀ, ਉਹ ਟਰੱਕਾਂ ਦੇ ਬਾਰੇ 'ਚ ਗੱਲ ਹੋ ਰਹੀ ਸੀ ਬਈ, ਕਿੰਨਾ ਕਿੰਨਾ ਸਫ਼ਰ ਤੁਸੀਂ ਕਰ ਜਾਂਦੇ ਆ ਅਤੇ ਕੀ? ਇਹ ਜੀ ਸਾਡਾ ਕੈਨੇਡਾ ਦੀ ਪੂਰੀ ਟ੍ਰੇਡ ਅਮੈਰੀਕਾ ਨਾਲ ਹੈ, ਦੂਸਰਾ ਕੋਈ ਮੁਲਕ ਲੱਗਦਾ ਹੀ ਨਹੀਂ ਇਹਦੇ ਨਾਲ। ਅੱਛਾ, ਅਤੇ ਕਿਉਂਕਿ ਦੂਸਰੇ ਪਾਸੇ ਸਮੁੰਦਰ ਹੈ ਅਤੇ ਕੈਨੇਡਾ ਉਹ ਮੁਲਕ ਜਿਸ ਤਰ੍ਹਾਂ ਅਸੀਂ ਪਾਕਿਸਤਾਨ ਕਹਿੰਦੇ ਇਸ ਤਰ੍ਹਾਂ ਹੀ ਮੁਲਕ ਹੈ, ਅਤੇ ਕੈਨੇਡਾ ਦੇ ਵਿੱਚ ਸਿਰਫ 5% ਦਰਾਏ 'ਤੇ। ਅੱਛਾ, ਕਿਉਂਕਿ ਲੇਕਸ ਨੇ ਜ਼ਿਆਦਾ ਅਤੇ ਪਹਾੜ ਨੇ, ਪੱਧਰੀ ਜ਼ਮੀਨ ਹੀ ਕੋਈ ਨਹੀਂ। ਇੱਕ ਤਾਂ ਹੁੰਦੀ ਨਾ ਬੰਜਰ ਜ਼ਮੀਨ, ਪੱਧਰੀ ਵੀ ਕੋਈ ਨਹੀਂ, ਇਸ ਵਾਸਤੇ ਉੱਥੇ ਹੁੰਦਾ ਨਾ ਹੋਣ ਦੇ ਬਰਾਬਰ। ਇਸ ਵਾਸਤੇ ਉਹਨਾਂ ਨੂੰ ਦੁਨੀਆ ਦੀ ਹਰ ਸ਼ੈ ਖਾਣ ਪੀਣ ਵਾਸਤੇ ਬਾਹਰੋਂ ਹੀ ਮੰਗਾਉਣੀ ਪੈਂਦੀ, ਅਤੇ ਨੇੜੇ ਮੁਲਕ ਅਮੈਰੀਕਾ ਪੈਂਦਾ, ਮਗਰ ਉਹਦੇ ਨਾਲ ਨਾਲ ਮੈਕਸੀਕੋ ਮੁਲਕ ਨਾਲ ਅਮੈਰੀਕਾ ਦੇ, ਉੱਥੋਂ ਵੀ ਸਾਰੀ ਟ੍ਰੇਡ ਆਉਂਦੀ, ਅਤੇ ਬਾਕੀ ਵੈਸਟ ਇੰਡੀਜ਼, ਲੈਟਿਨ ਅਮੈਰੀਕਾ ਤੋਂ ਵੀ ਪ੍ਰੋਡਕਟ ਸਾਰੀ। ਯਾਨੀ ਕਿ ਹੁੰਦਾ ਕੁਛ ਨਹੀਂ, ਪਰ ਦੁਨੀਆ ਦੀ ਹਰ ਨਿਮਤ ਅਵੇਲੇਬਲ ਉੱਥੇ।
ਅਸੀਂ ਤਾਂ ਸੁਣਿਆ ਜੀ ਉੱਥੇ ਜ਼ਿਮੀਂਦਾਰਾਂ ਵੀ ਬੜਾ ਤਕੜਾ ਹੋ ਗਿਆ ਹੁਣ ਕੈਨੇਡਾ 'ਚ। ਬਸ ਜਿੰਨਾ ਕੁ ਹੋਇਆ 5%। ਅੱਛਾ 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 ਠੀਕ ਹੈ, ਜ਼ਮੀਨ ਨਹੀਂ ਹੈ ਨਾ। ਅੱਛਾ ਉਹ ਤੁਸੀਂ ਹੁਣ ਦੱਸਣਾ ਇਹ ਗੱਲ ਦੱਸ ਰਹੇ ਵੀ ਟਰਾਲਿਆਂ ਦੇ ਵਿੱਚ ਸਮਾਨ ਖਾਣ ਪੀਣ ਦਾ ਵੀ ਦੋਵੇਂ ਮੁਲਕਾਂ ਤੋਂ? ਹਾਂਜੀ ਉਹ ਟਰਾਲਿਆਂ 'ਚ ਆਉਂਦਾ। ਹਾਂਜੀ ਟਰਾਲਿਆਂ 'ਚ ਆਉਂਦਾ, ਇਹਨਾਂ ਦੇ ਅੰਦਰ ਰੈਫਰੀਜਰੇਟਰ ਲੱਗੇ ਹੁੰਦੇ ਨੇ। ਅੱਛਾ, ਤੇ ਉਹਦੇ ਅੰਦਰ ਜਿਹੜੀਆਂ ਲਾਈਨਾਂ ਉਹਨੂੰ ਸ਼ੂਟ ਕਹਿੰਦੇ ਨੇ, ਜਿਹਦੇ 'ਚ ਏਅਰ ਚੱਲਦੀ ਹਵਾ ਥਰੋ ਕਰਦੀ ਵਿੱਚ, ਸ਼ਾਇਦ ਤਾਜ਼ੀ ਰਹੇ ਬੂਸੇ ਨਾਲ। ਹਾਂਜੀ ਉਹਦਾ ਬਾਹਰ ਟੈਂਪਰੇਚਰ ਕੰਟਰੋਲ ਹੁੰਦਾ, ਅਸੀਂ ਫਿਕਸ ਕਰਨੇ ਕਿ ਉਹ ਜਿੱਥੇ ਪ੍ਰੋਡਕਟ ਚੱਕੀ ਦੀ ਹੈ ਉਹ ਵੀ ਦੱਸਦੇ ਨੇ ਕਿ ਇਹਦਾ ਕੀ ਟੈਂਪਰੇਚਰ ਹੋਏਗਾ। ਅੱਛਾ, ਉਹ 24/7 ਚੱਲ ਰਿਹਾ ਹੁੰਦਾ ਟੈਂਪਰੇਚਰ। ਵਾਹ ਜੀ, ਇੱਦਾਂ ਦੇ ਟਰਾਲੇ ਸਾਡੇ ਪਾਕਿਸਤਾਨ 'ਚ ਖਬਰੇ ਹੋਣ ਪਰ ਅਸੀਂ ਨਹੀਂ ਹਜੇ ਤੱਕ ਦੇਖੇ। ਮੇਰਾ ਖਿਆਲ ਇੱਕ ਮੈਂ ਦੇਖਿਆ ਇੱਥੇ। ਅੱਛਾ, ਹੈਗੇ ਇੱਥੇ? ਹਾਂ ਹੈਗਾ, ਮਗਰ ਉਹ ਕਿੱਥੇ ਸੀ ਹੁਣ ਮੈਨੂੰ ਯਾਦ ਨਹੀਂ, ਮਗਰ ਮੈਂ ਇੱਕ ਦੇਖਿਆ ਸੀ। ਅਤੇ 72 CT ਹੈ ਵੀ ਇੱਥੇ ਵਾਲਾ, ਥੋੜ੍ਹਾ ਛੋਟਾ ਹੈ। ਅੱਛਾ ਅੱਛਾ, ਉੱਥੇ ਵੀ ਦੋ ਤਰ੍ਹਾਂ ਦੇ ਨੇ, 40 ਫੁੱਟ ਦੇ ਵੀ ਨੇ। ਫਿਰ ਆਪਣਾ ਇਮਰਾਨ ਖਾਨ ਦੀਆਂ ਲਾਈਆਂ ਹੁੰਦੀਆਂ। ਹਾਂਜੀ, ਫਿਰ ਬਾਬੇ ਗੁਰੂ ਗੋਬਿੰਦ ਸਾਹਿਬ ਦੀ ਲਾਉਂਦੇ ਨੇ, ਉਹ ਫਿਰ ਆਪਣੀ ਮੁਹੱਬਤ ਦੇ ਮੁਤਾਬਿਕ। ਹਾਂਜੀ, ਬਾਬੇ ਗੁਰੂ ਨਾਨਕ ਸਾਹਿਬ ਦੀ ਵੀ ਲੱਗੀ ਹੁੰਦੀ ਹੈ। ਤੇ ਜ਼ਿਆਦਾ ਉਹਨਾਂ ਨੇ ਉਹ ਜਿਹੜਾ ਇਹਨਾਂ ਦਾ ਹੈਗਾ ਨਾ ਜੀ ਸਾਈਨ ਜਿਹੜਾ ਸਰ, ਉਹ ਪੰਜਾ ਜਿਹੜਾ ਉਹ ਜਿਹੜਾ ਹੈਗਾ ਵੇ, ਉਹ ਵੀ ਉਹਨਾਂ ਨੇ ਲਾਇਆ ਹੁੰਦਾ। ਤੇ ਬਹਰਹਾਲ ਜਿਹੜਾ ਟੌਰ ਉੱਥੇ ਵੀ ਟਰੱਕਾਂ ਦੀ ਕੱਢੀ ਹੋਈ ਹੈ, ਝਾਲਰਾਂ ਅੰਦਰ ਲੱਗੀਆਂ ਹੋਈਆਂ ਨੇ ਹੁਣ ਜ਼ਿਆਦਾ, ਕਿਉਂਕਿ ਜ਼ਿਆਦਾ ਕੈਲੀਫੋਰਨੀਆ ਜਿਹੜਾ ਇਲਾਕਾ ਨਾ, ਉੱਥੇ ਜ਼ਿਆਦਾ ਸਰਦਾਰ ਆਬਾਦ ਨੇ। ਅਸਲ 'ਚ ਟਰੱਕਿੰਗ ਜਿਹੜੀ ਉਹ ਗੋਰਾ ਘੱਟ ਚਲਾਉਂਦਾ, ਸਾਡੇ ਪੰਜਾਬੀ ਬਹੁਤ ਚਲਾਉਂਦੇ। ਆਪਣਾ ਸ਼ੌਕ ਕਰਦੇ ਨਾਲ, ਇਹ ਸਾਰਾ ਸ਼ੌਕ ਤੇ ਉਹ ਸ਼ੌਕ ਦਾ ਤਾਂ ਕੋਈ ਮੁੱਲ ਨਹੀਂ ਹੁੰਦਾ ਨਾ ਜੀ। ਤਜਰਬਾ ਹੋ ਜਾਂਦਾ ਕਿ ਮੈਂ ਇਹਦੀ ਹਰ ਚੀਜ਼ ਜਾਣਦਾ, ਯਾਨੀ ਕਿ ਜਦੋਂ ਪੂਰਾ ਮਾਸਟਰ ਹੋ ਜਾਂਦਾ, ਉਹ ਤਾਂ ਤੁਹਾਡੇ ਆਪ ਤੇ ਡਿਪੈਂਡ ਕਰਦਾ ਕਿ ਕਿੰਨੀ ਜਗ੍ਹਾ ਤੁਸੀਂ ਇਲਮ ਸਿੱਖ ਲੈਂਦੇ। ਯਾਨੀ ਕਿ ਕੱਲਾ ਇਹ ਨਹੀਂ ਸਿੱਖਣਾ ਕਿ ਇਹ ਖਰਾਬ ਹੋ ਜਾਏ, ਸਹੀ ਕਿਵੇਂ ਕਰਨਾ। ਇਹ ਵੀ ਇਹ ਕਿ ਦੇਖੋ 21 ਸਟੇਟਾਂ 'ਚ ਲੰਘ ਕੇ ਜਾਣਾ ਪੈਂਦਾ, ਤੇ ਉਹਦੇ ਵਿੱਚ ਕੋਈ ਹਜ਼ਾਰਾਂ ਮੋਟਰਵੇ ਆਉਂਦੀਆਂ ਨੇ, ਤੇ ਤੁਹਾਨੂੰ ਮੈਂ ਮੇਰੇ ਕੋਈ GPS ਨਹੀਂ ਹੁੰਦਾ। ਯਾਨੀ ਕਿ ਇੰਨਾ ਟ੍ਰੇਨਡ ਹੋ ਗਿਆ, ਜ਼ੁਬਾਨੀ ਯਾਦ ਹੈ ਕਿ ਕਿਹੜੀ ਮੋਟਰਵੇ 'ਤੇ ਕਿੰਨੇ ਨੰਬਰ 'ਤੇ ਟਰੱਕ ਸਟਾਪ ਹੈ, ਅਤੇ ਕਿੱਥੇ ਚੈੱਕ ਸਟੇਸ਼ਨ ਹੈ। ਅੱਛਾ ਜੀ, ਮਿਹਰਬਾਨੀ। ਅੱਛਾ ਜੀ, ਓਕੇ, ਠੀਕ ਹੋ ਗਿਆ। ਤੇ ਵੈਸੇ ਤੇ ਇਹ ਬੜੀ ਆਸਾਨ ਜਾਬ ਹੈ ਸਾਡੇ ਵਾਸਤੇ, ਜਦੋਂ ਉਹ ਕਹਿੰਦੇ ਜਦੋਂ ਕੰਮ ਆ ਜਾਏ ਤੇ ਮਲਾਈ ਹੋ ਜਾਂਦਾ, ਸਾਡੇ ਵਾਸਤੇ ਹੁਣ ਮਲਾਈ ਹੈ ਨਹੀਂ। ਅਸੀਂ ਤਾਂ ਜੀ ਇੱਥੇ ਦੀ ਟਰੱਕ ਡਰਾਈਵਰੀ ਦੇਖੀ ਆ, ਉਹਦਾ ਸਿਸਟਮ ਦੇਖਿਆ ਨਾ, ਕਹਿ ਲਓ ਕਿ ਬਹੁਤ ਹੀ ਮੁਸ਼ਕਲ ਹਾਲਾਤ ਹੁੰਦੇ ਆ ਡਰਾਈਵਰ ਵਾਸਤੇ ਵੀ ਅਤੇ ਨਾਲ ਹੈਲਪਰ ਵਾਸਤੇ। ਅਤੇ ਉਹ ਪਹਿਲਾਂ ਤਾਂ ਹਰ ਸਟਾਪ 'ਤੇ ਉਤਰ ਕੇ ਟਾਇਰ ਖੜਕਾਉਣੇ ਉਹਨੇ, ਠੀਕ ਹੈ ਜੇ ਟਾਇਰ ਪੈਂਚਰ ਹੋ ਗਿਆ ਤਾਂ ਫਿਰ ਉਹ ਰਾਡ 'ਤੇ ਪੂਰਾ ਪਾਰ 'ਤੇ ਚੱਕ ਚੱਕ ਕੇ ਟਾਇਰ, ਉਹ ਸਿਸਟਮ ਤੁਸੀਂ ਦੱਸ ਰਹੇ ਕਰਨਾ ਪੈਂਦਾ, ਉਹਦਾ ਇਲਾਜ ਕੀ ਕੀਤਾ? ਉਹਦਾ ਇਲਾਜ ਅਸੀਂ ਕੁਛ ਨਹੀਂ ਕਰਨਾ ਹੁੰਦਾ। ਦੇਖੋ ਇੱਥੇ ਮੁਸ਼ਕਲ ਪਤਾ ਕੀ ਹੈ, ਜਿਵੇਂ ਕਹਿੰਦੇ ਦੁਨੀਆ 'ਚ ਮੁਸ਼ਕਲ ਕੀ ਹੁੰਦੀ, ਉਹਨੇ ਕਿਹਾ ਕੋਈ ਸਮਝਾਉਣ ਵਾਲਾ ਨਾ ਹੋਵੇ, ਕੋਈ ਦੱਸਣ ਵਾਲਾ ਨਾ ਹੋਵੇ, ਅਤੇ ਫਿਰ ਬੰਦੇ ਨੂੰ ਮੁਸ਼ਕਲ ਇਹ ਵੀ ਹੁੰਦੀ ਹੈ ਨਾ ਕਿ ਕੰਮ ਕਰਨਾ ਕਿਵੇਂ, ਅਤੇ ਜੇ ਪੱਕੀ ਪਕਾਈ ਲੱਭ ਜਾਏ ਉਹ ਮੁਸ਼ਕਲ ਨਹੀਂ ਹੁੰਦੀ। ਇੱਥੇ ਸਰਕਾਰ ਨੇ ਫਸਾਇਆ ਹੋਇਆ ਕਿ ਤੁਹਾਨੂੰ ਦੇਣਾ ਹੀ ਨਹੀਂ ਅਕਲ ਦੀ ਗੱਲ, ਇਨਫਰਾਸਟ੍ਰਕਚਰ ਹੀ ਨਹੀਂ ਨਾ ਦੇਣਾ ਕਿ ਬੰਦੇ ਸੌਖੀ ਹੋ ਜਾਣ, ਇਹ ਕਹਿੰਦੇ ਵੀ ਬੰਦੇ ਫਸੇ ਰਹਿਣ ਅਤੇ ਸਾਡੇ ਵੱਲ ਨਾ ਹੋਣ, ਹੈਂਜੀ ਆਰੇ ਲੱਗੇ ਰਹਿਣ। ਉੱਥੇ ਤੁਹਾਡਾ GPS ਜਿਹੜਾ ਨਾ, ਇਹਦੇ 'ਚ ਮਤਲਬ ਆਪਸ਼ਨ ਨੇ ਕਿ ਤੁਸੀਂ ਉਹਦੇ 'ਚ ਕਿ ਟਾਇਰ ਰਿਪੇਅਰ, ਟ੍ਰੇਲਰ ਰਿਪੇਅਰ, ਐਮਰਜੈਂਸੀ, ਉਹ ਐਪ ਬਣੇ ਹੋਏ ਨੇ, ਉਹ ਤੁਸੀਂ ਕਲਿੱਕ ਕਰੋਗੇ ਜਿੱਥੇ ਤੁਸੀਂ ਖਲੋਤੇ ਹੋ ਨਾ, ਤੁਹਾਡੇ ਸਰਾਊਂਡਿੰਗ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਉਹ ਬੰਦਿਆਂ ਦੇ ਫੋਨ ਨੰਬਰ, ਨਾਂ, ਉਹਨਾਂ ਦੀ ਕੰਪਨੀਆਂ,
ਉਹ 15 ਤੋਂ 20 ਮਿੰਟ ਤੁਹਾਡੇ ਕੋਲ ਪਹੁੰਚ ਜਾਣਗੇ। ਗੱਲ ਉਹ ਤਾਂ ਫਿਰ ਉਹੀ ਆ ਗਈ ਕਿ ਇੱਥੇ ਤਾਂ ਡਰਾਈਵਰੀ ਲਾਈਨ 'ਚ ਜ਼ਿਆਦਾਤਰ ਸਾਰੇ ਨਹੀਂ ਜਾਂਦਾ ਹੀ ਉਹ ਆ ਕੇ ਜਿਹੜਾ ਦੂਏ ਪਾਸੋਂ ਨਾ ਚੱਲ ਸਕੇ। ਹਾਂ ਠੀਕ ਹੈ, ਤੇ ਉਹ ਫਿਰ GPS ਤੇ ਲੋਕੇਸ਼ਨਾਂ ਤੇ ਸਾਰਾ ਕੁਝ ਕਿਵੇਂ ਕਰੂਗਾ? ਹਾਂਜੀ ਇਹ ਗੱਲ ਹੈ ਸਾਡੇ ਨਾਲ ਜੀ ਅਵੇਅਰਨੈਸ ਦੀ ਵੀ ਹੈ। ਹਾਂਜੀ ਅਵੇਅਰਨੈਸ ਸਾਡੇ ਜਿੰਨੇ ਵੀ ਪੰਜਾਬੀ ਹੈ ਨਾ ਡਰਾਈਵਰ, ਹਾਂਜੀ ਉਹ ਦੁਨੀਆ ਦੇ ਵਿੱਚ ਮੰਨੇ ਤੰਨੇ ਡਰਾਈਵਰ ਆ, ਚਾਹੇ ਉਹ ਲਹਿੰਦੇ ਪੰਜਾਬ ਦੇ ਹੋਣ ਚਾਹੇ ਚੜ੍ਹਦੇ ਹੋਣ, ਸਾਡੇ ਪਾਕਿਸਤਾਨ ਦੇ ਡਰਾਈਵਰਾਂ ਦੀ ਕੀ ਬਾਤ, ਚਾਹੇ ਉਹ ਜਹਾਜ਼ਾਂ ਦੇ ਡਰਾਈਵਰ, ਚਾਹੇ ਰੇਲ ਗੱਡੀ ਦੇ ਤੇ ਚਾਹੇ ਟਰਾਲਿਆਂ ਦੇ, ਕੀ ਬਾਤ ਆ। ਬਸ ਇੱਕ ਤੋੜੇ ਡਰਾਈਵਰ ਦੀ ਤਾਂ ਉਹ ਪਾਇਲਟ ਨੇ ਅਗਲੇ ਦਿਨ ਤਸਵੀਰ ਵਾਇਰਲ ਹੋਈ ਸੀ, ਸ਼ੀਸ਼ਾ ਖੋਲ ਕੇ ਨਾ ਜਹਾਜ਼ ਦਾ ਉਹ ਸਾਫ਼ ਕਰ ਰਿਹਾ ਸੀ। ਹਾਂਜੀ ਸ਼ੀਸ਼ਾ ਕੋ ਸਾਫ਼ ਕਰ ਰਿਹਾ ਸੀ, ਉਹਦਾ ਆਪਣਾ ਸਟਾਈਲ ਆ। ਸਟਾਈਲ ਦੀ ਗੱਲ ਹੈ, ਸਾਡੇ ਪਾ ਥੋੜਾ ਜਿਹਾ ਨੁਕਸ ਇਹ ਆ ਵੀ ਸਾਡੇ ਨਾਲ ਜਿਹੜੇ ਇੱਥੇ ਡਰਾਈਵਰ ਲੈਣ ਦੇ ਵਿੱਚ ਆ, ਉਹਨਾਂ ਨੇ ਇੱਕ ਫੈਸ਼ਨ ਬਣਾ ਲਿਆ ਵੀ ਕਿਸੇ ਨੇ ਕੋਈ ਤੰਬਾਕੂ ਰੱਖ ਰਿਹਾ, ਕੋਈ ਬੀੜਾ ਰੱਖ ਰਿਹਾ ਤੇ ਕੋਈ ਪੱਕੇ ਸਿਗਰਟ ਪੀ ਰਿਹਾ, ਕੋਈ ਇਦਾਂ ਦੀ ਇਹ ਬੜਾ ਇਹ ਕੋਈ ਜ਼ਰੂਰੀ ਹੁੰਦਾ ਵੀ ਡਰਾਈਵਰ? ਨਹੀਂ ਜੀ, ਮੈਂ 16 ਸਾਲ ਦੇ ਵਿੱਚ ਕੋਈ ਸਿਗਰਟ ਨਹੀਂ, ਕੋਈ ਤੰਬਾਕੂ ਨਹੀਂ, ਕੋਈ ਨਸ਼ਾ ਨਹੀਂ, ਕਿਉਂਕਿ ਮੈਂ ਜ਼ਿਆਦਾ ਰਾਤ ਚਲਾਉਂਦਾ ਗੱਡੀ। ਰਾਤ ਚਲਾਉਣ ਦੀ ਇਹ ਵਜ੍ਹਾ ਨਹੀਂ ਕਿ ਮੈਨੂੰ ਰਾਤ ਪਸੰਦ ਹੈ, ਜਦੋਂ ਮਾਲ ਚੁੱਕੀਦਾ ਮੇਨ ਆਪਣੇ ਸ਼ਹਿਰ 'ਚੋਂ, ਉਹ ਚੁੱਕਦਾ ਚੁੱਕਦਾ ਸ਼ਾਮ ਹੋ ਜਾਂਦੀ ਹੈ ਅਤੇ ਫਿਰ ਉਹ ਸਾਡੀ ਜਿਹੜੀ ਹੁੰਦੀ ਪਹੁੰਚ, ਉਹ ਅਪੁਆਇੰਟਮੈਂਟ ਹੁੰਦੀ ਉੱਥੇ। ਅਗਰ ਤੁਸੀਂ ਨਹੀਂ ਪਹੁੰਚਦੇ ਤਾਂ ਜਾਂ ਤੁਹਾਨੂੰ ਉਹ ਹਜ਼ਾਰਾਂ ਡਾਲਰ ਜੁਰਮਾਨਾ ਕਰਦੇ ਨੇ ਅਤੇ ਫਿਰ ਮਾਲ ਲੈਂਦੇ ਨੇ, ਜਾਂ ਉਹ ਕਹਿੰਦੇ ਕਿ 2 ਹਫ਼ਤੇ ਬਾਅਦ ਦੀ ਤਾਂ 2 ਹਫ਼ਤੇ ਖਲੋਤੇ ਰਹੋ ਇੱਥੇ। ਨਹੀਂ ਮੈਂ ਤੁਹਾਡਾ ਨਹੀਂ ਪੁੱਛਿਆ ਸੀ, ਮੈਂ ਤਾਂ ਉੱਥੇ ਪੁੱਛਿਆ ਉੱਥੇ ਕਰਦੇ ਨੇ। ਹਾਂਜੀ ਜਿਹੜੇ ਕੁਛ ਭਰਾ ਹੈਗੇ ਨੇ ਇਹ ਉੱਥੇ ਦੇ ਮੀਡੀਆ 'ਚ ਵੀ ਆ ਰਿਹਾ, ਉੱਥੇ ਦੀ ਟਿਕਟੋਕ ਵਿੱਚ ਵੀ, ਕਿ ਕੁਛ ਭਰਾ ਐਸੇ ਨੇ, ਕਿਉਂਕਿ ਉੱਥੇ ਬੋਰਡ ਵੀ ਆਉਂਦੇ ਨੇ ਕਿ ਇਸ ਦਫ਼ਾ ਇਸ ਰੋਡ 'ਤੇ ਜਿੰਨੇ ਟਰੱਕ ਡਰਾਈਵਰ ਜਾਂ ਹੋਏ ਉਹਦੇ ਵਿੱਚੋਂ ਇੰਨੇ ਪਰਸੈਂਟ ਜਿਹੜੇ ਸਨ ਨਸ਼ੇ ਵਿੱਚ ਸਨ। ਠੀਕ ਹੈ, ਉਹ ਇਨਫੋਰਮੇਸ਼ਨ ਲਿਖੀ ਹੁੰਦੀ ਹੈ ਕਿ ਇੰਨੇ ਲੋਕ ਜਿਹੜੇ ਸਨ ਇਸ ਰੋਡ 'ਤੇ ਮਰੇ ਨੇ ਜਿਹੜੇ ਉਹ ਡਰਾਈਵ ਕਰਦੇ ਹੋ ਕਿ ਨਸ਼ੇ ਵਿੱਚ ਸਨ। ਇਹ ਨਾ ਕਰਿਆ ਕਰੋ ਯਾਰ, ਇਹ ਤਾਂ ਬੜੀ ਮਾੜੀ ਗੱਲ ਆ ਆਪਣੀ ਵੀ, ਆਪਦਾ ਤਾਂ ਚਲੋ ਕੁਛ ਜਾਵੇ ਨਾ ਜਾਵੇ, ਅਗਲੇ ਦੀ ਤੁਸੀਂ ਜਾਣ ਜਿਹੜੀ ਆ, ਕਿਉਂਕਿ ਇਹ ਵੱਡੀ ਗੱਡੀ ਜਿਹੜੀ ਹੈ ਇਹ ਇਕੱਲਾ ਇੱਕ ਬੰਦੇ ਨੂੰ ਨਹੀਂ ਮਾਰਦੀ, ਅਗਰ ਤਾਂ ਖਾਲੀ ਹੈ ਤਾਂ ਇਹ ਆਪਣਾ ਨੁਕਸਾਨ ਹੀ ਕਰੇਗੀ। ਅਗਰ ਸੜਕ 'ਤੇ ਗੱਡੀਆਂ ਜਾਣ ਡੀਆਂ ਨੇ ਤਾਂ 10-12 ਤਾਂ ਮਾਮੂਲੀ ਗੱਲ ਹੈ, ਕਿਉਂਕਿ ਉਹ ਜਿਹੜਾ ਪਿੱਛੇ ਟ੍ਰੇਲਾ ਹੁੰਦਾ ਉਹਨੇ ਇੰਝ ਘੁੰਮਣਾ, ਫਿਸ਼ ਟੇਲ ਬਣ ਜਾਂਦੀ, ਉਹ ਤੁਹਾਡੇ ਕੰਟਰੋਲ 'ਚ ਨਹੀਂ, ਉਹਨੇ ਫਿਰ ਜਾ ਸਿੱਧੇ ਰਹੋ ਨਾ, ਉਹਨੇ ਇੰਝ ਜਿਵੇਂ ਝਾੜੂ ਫੇਰੀ ਦਾ ਨਾ, ਉਹਨੇ ਸਾਰੀਆਂ ਜਿਹੜੀਆਂ ਨਾ। ਹਾਂਜੀ ਸਭ ਤਰ੍ਹਾਂ ਹਾਂਜੀ ਦੇਵੇ ਜੀ, ਇਹ ਤਾਂ ਟਰਾਲੇ ਏਡੇ ਏਡੇ ਆ ਜਿਹੜੇ ਤੁਸੀਂ 72 ਫੁੱਟ ਦੱਸਿਆ, ਉਹ ਤਾਂ ਕ੍ਰਾਸ ਕਰੀਏ ਛੇਤੀ ਮੁੱਕਦਾ ਹੀ। ਚੀਮਾ ਸਾਹਿਬ ਇਹ ਦੱਸੋ, ਤੁਸੀਂ 5-5 ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰਦੇ ਆ ਤੇ ਉੱਥੇ ਮੁਖਤਲਿਫ ਇਲਾਕੇ, ਮੁਖਤਲਿਫ ਮੌਸਮ, ਮੁਖਤਲਿਫ ਹਾਲਾਤ ਆਉਂਦੇ ਆ, ਰਸਤੇ ਦੁਸ਼ਵਾਰ ਵੀ ਆਉਂਦੇ, ਉਹ ਹਾਲਾਤ ਜ਼ਿੰਦਗੀ ਥੋੜਾ ਜਿਹਾ ਦੱਸੋ ਨਾ, ਕੈਸੇ ਕੈਸੇ ਰਾਹ ਆਉਂਦੇ, ਕੈਸਾ ਕੈਸਾ ਟਾਈਮ ਗੁਜ਼ਰਦਾ? ਜਿਹੜਾ ਕੈਨੇਡਾ ਵਾਲਾ ਪਾਰਟ ਨਾ, ਜਿਹੜਾ ਟੋਰਾਂਟੋ ਸ਼ਹਿਰ ਏਰੀਆ, ਜਦੋਂ ਉੱਥੋਂ ਚੱਲੀਦਾ ਨਾ ਤੇ ਬਾਅਦ ਵਾਰ ਸਰਦੀਆਂ ਹੁਣ ਬਰਫ਼ਾਂ ਪੈਣ ਲੱਗ ਪੈਣੀਆਂ ਤੇ -40 ਤੱਕ ਟੈਂਪਰੇਚਰ ਹੋ ਜਾਂਦਾ ਤੇ ਮਜ਼ੇ ਦੀ ਗੱਲ ਇਹ ਵੇ ਕਿ ਉੱਥੇ ਤੁਸੀਂ ਚਲਾ ਲਿਆ ਹੀਟਰ, ਜਦ ਤੱਕ ਤੂੰ ਅੱਧਾ ਅਮੈਰੀਕਾ ਲੰਘਣਾ ਨਾ ਤੇ +40 ਹੋ ਜਾਣਾ, ਫਿਰ ਤੁਹਾਨੂੰ AC ਚਲਾਉਣਾ ਪੈ ਜਾਣਾ, ਸਾਰੇ ਰੰਗ ਆ ਜਾਣੇ। ਹਾਂਜੀ ਸਾਰੇ ਰੱਬ ਦੇ ਰੰਗ ਵੇਖੀ ਜਾਈਦੇ, ਉਹ ਤੇ ਬੰਦਾ ਤੱਤਾ ਠੰਡਾ ਨਹੀਂ ਹੋ ਜਾਂਦਾ ਉਹਦੇ, ਹੋ ਤਾਂ ਜਾਂਦਾ ਪਰ ਹੋਰ ਕੀ ਕਰੀਏ। ਉਹ ਤੁਹਾਡਾ ਜਿਹੜਾ ਸਾਈਨਸ ਸਿਸਟਮ ਹੈ ਨਾ, ਉਹ ਉਹਨੂੰ ਕੈਚ ਕਰਕੇ ਤੁਹਾਨੂੰ ਦੱਸਦਾ, ਤੁਹਾਨੂੰ ਇੰਜ ਹੋਣ ਲੱਗ ਪੈਂਦਾ ਕਿ ਤੁਸੀਂ ਯਕਦਮ ਮਾਹੌਲ ਸਿਸਟਮ ਬਦਲਿਆ ਨਾ, ਤੁਹਾਨੂੰ ਉਹ ਪ੍ਰੋਬਲਮ ਆਉਂਦੀ ਹੈ। ਇਹਦਾ ਮਤਲਬ ਆ ਵੀ ਇਹ ਬੜਾ ਕੰਮ ਆ ਜੀ, ਇਹ ਕੋਈ ਬੜੀ ਕੁਰਬਾਨੀ ਦੇ ਰਹੇ ਆ ਸਾਡੇ ਪੁੱਤਰ ਜਿਹੜੇ ਉੱਥੇ ਟਰੱਕ ਚਲਾ ਰਹੇ ਆ, ਕੋਈ ਸੌਖਾ ਕੰਮ ਨਹੀਂ। ਉਹ ਟਰੱਕ ਇੱਥੇ ਅਸੀਂ ਦੇਖਦੇ ਹਾਂ ਨਾ ਵੀਡੀਓ ਦੇ ਵਿੱਚ, ਤੇ ਟਰੱਕਾਂ ਐਸੇ ਵੀ ਉਦਾਂ ਦੀਆਂ ਇੱਥੇ ਗੱਡੀਆਂ ਵੀ ਹੈ ਨਹੀਂ ਜਿੱਦਾਂ ਦੇ ਉਹ ਟਰੱਕਾਂ, ਘਰ ਪੂਰਾ ਘਰ ਬਣਿਆ ਵਿੱਚ ਉਹ ਦਿਖਾਉਂਦੇ ਹੁੰਦੇ ਆ ਮੁੰਡੇ ਵੀ, ਉਹ ਵਿੱਚ ਬੈੱਡ ਲੱਗਿਆ ਹੋਇਆ, ਵਿੱਚ ਫ੍ਰਿਜ, ਡਬਲ ਬੈੱਡ ਹੁੰਦੇ ਜੀ, ਟੀਵੀ ਵੀ ਲੱਗ ਸਕਦਾ, ਫ੍ਰਿਜ ਵੀ ਹੁੰਦੀ ਹੈ। ਮੈਂ ਆਪਣੇ ਟਰੱਕ 'ਚ ਛੋਟੀ ਫ੍ਰਿਜ ਸੀ ਜਿਹੜੀ ਉਹਨਾਂ ਬਿਲਡ ਕੀਤੀ ਸੀ, ਉਹਨੂੰ ਪੁੱਟ ਕੇ ਬਾਹਰ ਸੁੱਟਿਆ ਤਾਂ ਵੱਡੀ ਫ੍ਰਿਜ ਲਾਈ ਉੱਥੇ।
ਕਿਉਂਕਿ 11-12 ਦਿਨ ਬਾਹਰ ਰਹਿਣਾ ਹੁੰਦਾ, ਉਸ ਹਿਸਾਬ ਨਾਲ ਅਸੀਂ ਪਾਕਿਸਤਾਨੀ ਲੋਕ ਰੋਟੀ ਨੂੰ ਪਸੰਦ ਕਰਨੇ, ਤਾਂ ਅਸੀਂ ਕਹਿੰਦੇ ਚੱਲ ਯਾਰ ਰੋਟੀ ਆਹ 'ਚ ਲੱਭ ਜਾਂਦੀ ਜਗ੍ਹਾ ਜਗ੍ਹਾ, ਸਿੱਖਾਂ ਦੇ ਢਾਬੇ, ਸਰਦਾਰਾਂ ਦੇ ਢਾਬੇ ਚੜ੍ਹਦੇ ਪੰਜਾਬ ਵਾਲਿਆਂ ਦੇ, ਪਾਕਿਸਤਾਨੀ ਦੇ ਘੱਟ ਨੇ। ਅੱਛਾ। ਅਤੇ ਉਹ ਹੁੰਦੇ ਨੇ ਰੋਟੀ ਲੈ ਲਈ ਦੀ, ਡਾਲਰ ਦੀ ਰੋਟੀ ਲੱਭਦੀ ਹੈ। ਅੱਛਾ। ਹੁੰਦੀ ਭਾਵੇਂ ਛੋਟੀ ਹੈ, ਅਤੇ ਸਾਡੇ ਲੋਕ ਤਾਂ ਵੱਡੀ ਖਾਂਦੇ ਰੋਟੀ, ਅਤੇ ਉਹ ਲੈ ਲਈਦੀਆਂ ਨੇ। ਪਰ ਕਈ ਦਾ ਕਿ ਸਾਰਿਆਂ ਨੂੰ ਜਿਹੜਾ ਨਾ ਉਹ ਘਰ ਦਾ ਉਹ ਠੀਕ ਹੀ ਰਹਿੰਦਾ 7-8 ਦਿਨ, ਅਤੇ ਉਸ ਤੋਂ ਬਾਅਦ ਤਾਂ ਫਿਰ ਮੁੱਕ ਜਾਂਦਾ, ਅਤੇ ਫਿਰ ਪੀਜ਼ਾ ਵਗੈਰਾ ਲੈ ਕੇ ਗੁਜ਼ਾਰਾ ਕਰੀਦਾ। ਮਗਰ ਹਾਂਜੀ ਕਰੋ ਚੀਮਾ ਸਾਹਿਬ, ਤੁਸੀਂ ਹੁਣ ਮੇਰੇ ਨਾਲ ਸਫ਼ਰ ਕਰਕੇ ਆਏ ਹੋ ਕਾਰ 'ਤੇ, ਇੱਥੇ ਹਾਰਨ ਦੀ ਸਾਨੂੰ ਰੇਸ਼ੋ ਦੱਸੋ ਕਿੰਨੀ ਆ? ਸਾਡੇ ਤਾਂ ਹਾਰਨ ਮਾਰਦੇ ਆ, ਟਰੱਕ ਡਰਾਈਵਰ ਬੰਦਾ ਵੈਸੇ ਹੀ ਪਰੇਸ਼ਾਨ ਹੋ ਜਾਂਦਾ ਕਿ ਮੈਂ ਜਾਵਾਂ ਕਿੱਧਰ, ਉੱਥੇ ਕੀ ਸੂਰਤ ਹਾਲ ਹੈ ਉੱਥੇ ਕਿ ਨਹੀਂ ਹੈ? ਤੁਸੀਂ ਇੱਥੇ ਟਰੱਕ ਡਰਾਈਵਰ ਦੀ ਗੱਲ ਕਰਦੇ, ਟਰੱਕ ਵਾਲਾ ਹਾਰਾ ਮਾਰਦਾ? ਟਰੱਕ ਵਾਲਾ ਹਾਰਨ ਉਦੋਂ ਮਾਰਦਾ ਹੈ ਕਿ ਜਦੋਂ ਤੁਸੀਂ ਉਹਨੂੰ ਉਹ ਸਪੀਡ 'ਚ ਆ ਰਹੇ ਹੋ, ਅਤੇ ਤੁਸੀਂ ਗਲਤ ਕੱਟ ਕਰਕੇ ਉਹਦੇ ਅੱਗੇ ਆ ਜਾਓ, ਅਤੇ ਅੱਗੇ ਟ੍ਰੈਫਿਕ ਰੁਕੀ ਹੋਈ ਹੋਵੇ, ਤਾਂ ਤੁਸੀਂ ਆਪਣੀ ਜਾਨ ਨੂੰ ਵੀ ਖਤਰੇ 'ਚ ਪਾਉਂਦੇ ਹੋ, ਤਾਂ ਉਹਦੀ ਜਾਨ ਨੂੰ, ਕਿਉਂਕਿ ਇਹ ਅੱਧੇ 500 ਇਹਨੇ 1000 ਗਜ਼ ਤੱਕ 1000 ਫੁੱਟ ਤੱਕ ਜਾ ਕੇ ਰੁਕਣਾ, ਬ੍ਰੇਕ ਲੱਗਣੀ ਹੈ। ਇੱਥੇ ਬ੍ਰੇਕ ਲਾ ਕੇ ਆਜ਼ਾ ਕੇ ਹੋ ਗਏ, ਬਾਅਦ ਦਫ਼ਾ ਤਾਂ ਲੱਗ ਜਾਂਦੀ ਹੌਲਾ ਮਾਲ ਹੋਵੇ, ਜਦੋਂ ਫੁੱਲ ਮਾਲ ਹੁੰਦਾ ਨਾ ਉਹ ਹੁੰਦਾ 80,000 ਪਾਊਂਡ, ਉਹਦੇ ਵਿੱਚ ਬ੍ਰੇਕ ਜਿਹੜੀ ਨਾ ਉਹ ਚੰਗੇ ਤੋਂ ਚੰਗਾ ਡਰਾਈਵਰ ਵੀ ਉਹਨੂੰ ਪਤਾ ਲੱਗ ਜਾਂਦਾ ਕਿ ਜੇ ਇਹਦੀ ਬ੍ਰੇਕ ਨਾ ਨਾ ਲੱਗੀ ਅਗਲੀਆਂ 10 ਗੱਡੀਆਂ ਤਾਂ ਕਿਤੇ ਨਹੀਂ ਗਈਆਂ, ਅਤੇ ਉਹਦੇ ਨਾਲ ਜਿਹੜਾ ਘੁੰਮਣਾ ਪਿੱਛੇ ਟ੍ਰੇਲੇ ਵਾਲੇ ਨੇ ਉਹ ਨਾਲ ਦੀਆਂ 10, ਯਾਨੀ ਕਿ 20-25 ਗੱਡੀਆਂ ਜਿਹੜੀਆਂ ਨਾ ਉਹ ਬੰਦੇ ਦਾ ਕਚੂਮਾ ਨਿਕਲ ਜਾਣਾ, ਪ੍ਰੈਸ ਹੋ ਜਾਣਾ ਸਭ ਨੇ। ਅਤੇ ਇੱਕ ਤਾਂ ਇਹ ਵੇ ਕਿ ਹਾਂਜੀ ਦੋ ਤਰ੍ਹਾਂ ਦੇ ਹਾਰਨ, ਸਿਟੀ ਹਾਰਨ ਕਹਿੰਦੇ ਅਤੇ ਇੱਕ ਹਾਈਵੇ ਹਾਰਨ, ਵੱਡਾ ਹਾਰਨ ਪ੍ਰੈਸ਼ਰ ਹਾਰਨ ਜਿਹੜਾ ਉਹਨੂੰ ਕਹਿੰਦੇ ਨੇ ਹਾਈਵੇ ਹਾਰਨ। ਇੱਥੇ ਅਸੀਂ ਮੋਟਰਵੇ ਲਫ਼ਜ਼ ਬੋਲਦੇ, ਉੱਥੇ ਮੋਟਰਵੇ ਲਫ਼ਜ਼ ਨਹੀਂ ਬੋਲਦੇ, ਉੱਥੇ ਹਾਈਵੇ ਕਹਿੰਦੇ ਨੇ। ਅਤੇ ਇਹਦੇ ਵਿੱਚ ਰਿਸਕ ਇਹ ਵੇ ਇਸ ਕੰਮ ਵਿੱਚ ਕਿ ਜੇ ਤੁਹਾਡੀ ਹਲਕੀ ਜਿਹੀ ਵੀ ਅੱਖ ਲੱਗ ਗਈ, ਅਤੇ ਕਿਉਂਕਿ ਉੱਥੇ ਐਜ ਨਹੀਂ ਹੈਗੇ ਸੜਕਾਂ ਦੇ, ਅਤੇ ਇਹ ਜੇ ਅਗਲਾ ਟਾਇਰ ਗਿਆ ਤਾਂ ਉਹਨੇ ਸਾਰਾ ਪਿੱਛੋਂ, ਕਿਉਂਕਿ ਪਿੱਛੇ ਵਜ਼ਨ ਹੁੰਦਾ ਔਰ ਸਪੀਡ ਹੁੰਦੀ, ਉਹਨੇ ਤੁਹਾਨੂੰ ਦੂਸਰਾ ਮੌਕਾ ਨਹੀਂ ਦੇਣਾ। ਅਤੇ ਸਰਦੀਆਂ ਆ ਰਹੀਆਂ ਨੇ, ਸਰਦੀਆਂ ਵਿੱਚ ਸਿਰਫ ਇਹ ਵੇ ਕਿ ਅੱਲਾ ਤਾਂ ਉਹਦਾ ਅੱਲਾ ਜਾਣਦਾ ਕਿ ਅਸੀਂ ਘਰੋਂ ਇਹ ਸੋਚ ਕੇ ਤੁਰਨੇ ਹਾਂ, ਜ਼ਰੂਰ ਸੋਚਿਆ ਹੁੰਦਾ ਕਿ ਪਤਾ ਨਹੀਂ ਸਾਡਾ ਕੀ ਬਣਨਾ, ਕਿਉਂਕਿ ਉੱਥੇ ਅਕਸਰ ਹਾਈਵੇ ਜਿਹੜੀਆਂ ਮੋਟਰਵੇ ਹੈਗੀਆਂ ਉੱਥੇ ਬੋਰਡ ਲਾਏ ਹੋਏ ਉਹਨਾਂ ਨੇ ਕਿ ਇਸ ਸਰਦੀਆਂ ਦੇ ਵਿੱਚ ਕਿੰਨੇ ਬੰਦੇ ਟਰੱਕ ਡਰਾਈਵਰ ਆਪਣੀ ਜਾਨ ਤੋਂ ਅੱਤ ਗਏ, ਕਿਉਂਕਿ ਜਦੋਂ ਹੁਣ ਰੋਡ ਹੈ ਨਾ, ਜਦੋਂ ਅਸੀਂ ਹਿੱਲਾਂ 'ਤੇ ਜਾਣਾ ਨਾ, ਉੱਥੇ ਕੋਈ ਖਲੋਣ ਦੀ ਜਗ੍ਹਾ ਨਹੀਂ, ਉਹ ਤੁਸੀਂ ਲੰਘਣਾ ਹੀ ਲੰਘਣਾ, ਅਤੇ ਉਹ ਹਿੱਲਾਂ ਜਦੋਂ ਡਾਊਨ ਹੁੰਦੀਆਂ ਨਾ, ਉੱਥੇ ਸਪੀਡ ਆਟੋਮੈਟਿਕਲੀ ਵੱਧ ਜਾਂਦੀ ਹੈ, 130-140 ਤੇ ਹੋ ਜਾਂਦੀ ਸਪੀਡ, ਤੇ ਥੱਲੇ ਜਦੋਂ ਸ਼ੀਸ਼ਾ ਹੁੰਦਾ ਨਾ ਤੇ ਤੁਸੀਂ ਬ੍ਰੇਕ ਲਾਉਂਦੇ ਹੋ ਪਰ ਬ੍ਰੇਕ ਨਹੀਂ ਲੱਗਦੀ, ਕਿਉਂਕਿ ਤੁਸੀਂ ਦਬਾ ਕੇ ਬ੍ਰੇਕ ਉੱਥੇ ਨਹੀਂ ਲਾ ਸਕਦੇ, ਜਦੋਂ ਦਬਾ ਕੇ ਲਾਓਗੇ ਤੇ ਉਹ ਸਕਿੱਡ ਕਰ ਜਾਏਗੀ ਗੱਡੀ। ਬਾਅਦ ਇਹ ਵੀ ਹੁੰਦਾ ਕਿ ਤੁਸੀਂ ਸਪੀਡ ਨਾਲ ਆ ਰਹੇ ਹੋ, ਤੁਹਾਡੀ ਬ੍ਰੇਕ ਨਹੀਂ ਲੱਗੀ, ਅੱਗੇ ਸਲੋ ਹੋ ਜਾਂਦੀਆਂ ਨੇ, ਇਹ ਵੀ ਇੱਕ ਐਕਸੀਡੈਂਟ ਦਾ ਬਹੁਤ ਵੱਡਾ ਖਤਰਾ ਬਣਦਾ। ਤਾਂ ਹਮੇਸ਼ਾ ਵੇਖਿਆ ਕਿ ਜਦੋਂ ਟਰੱਕ ਉਲਟਦਾ ਨਾ ਤੇ ਮੋਸਟਲੀ ਇਹ ਡਰਾਈਵਰ ਸਾਈਡ 'ਤੇ ਉਲਟਦਾ ਤੇ ਡਰਾਈਵਰ ਨਹੀਂ ਪੁੱਛਦਾ। ਰੱਬ ਦੀ ਜ਼ਾਤ ਜੀ, ਸਾਡੇ ਜਿੰਨੇ ਟਰੱਕ ਡਰਾਈਵਰ, ਟਰਾਲਾ ਡਰਾਈਵਰ ਬਾਹਰਲੇ ਮੁਲਕਾਂ ਦੇ ਵਿੱਚ ਆ, ਪ੍ਰਦੇਸ਼ ਦੇ ਵਿੱਚ ਆ, ਰੱਬ ਦੀ ਜ਼ਾਤ ਉਹਨਾਂ ਨੂੰ ਆਪਣੇ ਹਿਫਜ਼ ਇਮਾਨ 'ਚ ਰੱਖੇ। ਅਤੇ ਬੜਾ ਖਤਰਨਾਕ ਕੰਮ ਆ ਜੀ, ਦੇਖਣ ਦੇ ਵਿੱਚ ਤਾਂ ਇਹ ਹੋਰ ਲੱਗਦਾ, ਪਰ ਜਿੱਦਾਂ ਚੀਮਾ ਸਾਹਿਬ ਨੇ ਦੱਸਿਆ ਇਹ ਗੱਲ ਹੋਰ ਆ, ਬੜਾ ਖਤਰੇ ਦਾ ਕੰਮ ਆ ਜੀ, ਪੂਰਾ ਕਰਤੱਵ ਆ ਇਹ ਜਿਹੜਾ ਉੱਥੇ ਕਰਨਾ ਪੈਂਦਾ, ਬੰਦਾ ਕਰਦਾ ਫਿਰ ਉੱਥੇ ਪ੍ਰਦੇਸ਼ ਜਾ ਕੇ। ਤੁਹਾਡੇ ਨਾਲ ਤਾਂ ਨਹੀਂ ਕਦੇ ਕੋਈ ਹਾਦਸਾ ਪੇਸ਼ ਆਇਆ ਕੋਈ? ਹਾਂ ਨਹੀਂ, ਇੱਕ ਵਾਰੀ ਆਇਆ ਸੀ ਸ਼ੁਰੂ 'ਚ। ਅੱਛਾ, ਉਹ ਕਿਵੇਂ? ਕਿਉਂਕਿ ਟ੍ਰੇਲਾ ਸਾਡਾ ਖਾਲੀ ਸੀ। ਅੱਛਾ।
ਤੇ ਅਸੀਂ ਥੱਲਿਓਂ ਪਹਾੜ ਚੜ੍ਹ ਰਹੇ ਸੀ ਤੇ ਰਾਤ ਦਾ ਟਾਈਮ ਸੀ। ਉਹ ਥੱਲਿਓਂ ਪਤਾ ਨਹੀਂ ਲੱਗਿਆ, ਮੌਸਮ ਥੱਲੇ ਠੀਕ ਸੀ, ਉੱਤੇ ਗਏ ਤਾਂ ਉੱਤੇ ਬਰਫ਼ ਦਾ ਤੂਫਾਨ ਆ ਗਿਆ ਤੇ ਅੱਗੋਂ ਸਾਰੀ ਸਲੋਪ ਸੀ। ਉਹ ਬਾਹਰ ਉੱਥੇ ਕੋਸ਼ਿਸ਼ ਕੀਤੀ ਰੋਕਣ ਦੀ, ਪਰ ਉਹ ਖਾਲੀ ਟਰੇਲਾ ਨਹੀਂ ਰੁਕਦਾ ਹੁੰਦਾ। ਉਹ ਕਹਿੰਦੇ ਨੇ ਖਾਲੀ ਟਰੇਲਾ ਚਲਾਉਣਾ ਬਰਫ਼ ਦੇ ਉੱਤੇ, ਇੰਝ ਜਿਵੇਂ ਬੰਬ 'ਤੇ ਬੈਠੇ ਹੋਏ। ਉਹਨੇ ਬ੍ਰੇਕ ਨਹੀਂ ਲੱਗਣੀ ਨਾ, ਕਿਉਂਕਿ ਉਹਨੇ ਹੋਰ ਸਪੀਡ ਦੇਣੀ। ਅਤੇ ਉਹ ਇਹ ਹੋਇਆ, ਵਾਕਿਆ ਇੱਕ ਵਾਰੀ ਹੋਇਆ। ਉਹ ਫਿਰ ਇਹ ਹਿਸਾਬ ਲਾਇਆ ਕਿ ਯਾਰ, ਕਿਉਂਕਿ ਪਤਾ ਸੀ ਕਿ ਇਹਨੇ ਸਕਿੱਡ ਕਰਨਾ ਹੀ ਕਰਨਾ, ਕਿਉਂਕਿ ਬ੍ਰੇਕ ਲਾਉਣੀ ਹੀ ਪੈਣੀ, ਕਿਉਂਕਿ ਉਹ ਥੱਲੇ ਜਾ ਰਿਹਾ ਨਾ। ਅਗਰ ਵੇਖੋ ਨਾ, ਅਗਰ ਉਹਨੂੰ ਅਸੀਂ ਰੋਕਿਆ ਹੋਇਆ ਸੀ ਉੱਥੇ ਮੀਲ ਦੇ ਅਮਰੀਕਾ 'ਚ, 60 ਮੀਲ 55 ਮੀਲ 'ਤੇ ਚੱਲ ਰਿਹਾ ਸੀ, ਅਤੇ 55 ਮੀਲ ਹੁੰਦੀ 90 ਕਿਲੋਮੀਟਰ, ਉਹ ਵੀ ਬਹੁਤ ਜ਼ਿਆਦਾ ਹੈ। ਅਤੇ ਮਗਰ ਉਹ ਪਤਾ ਸੀ ਕਿ ਅਗਰ ਇਹਨੂੰ ਫੁੱਲ ਬ੍ਰੇਕ ਲਾ ਕੇ ਨਹੀਂ ਸਲੋ ਡਾਊਨ ਕੀਤਾ ਤਾਂ ਇਹ 130-140 ਤੇ ਚਲਾ ਜਾਏਗਾ, ਅਤੇ ਥੱਲੇ ਸਾਰਾ ਹੀ ਸ਼ੀਸ਼ਾ। ਅਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਫਿਰ ਜਦੋਂ ਵੇਖਿਆ ਵੀ ਇਹ ਮੋੜ ਵੀ ਆ ਰਿਹਾ ਅੱਗੇ ਔਰ ਢਲਾਣ ਵੀ ਆ ਰਹੀ ਹੈ, ਅਤੇ ਉੱਥੇ ਅਗਰ ਬ੍ਰੇਕ ਲਾਵਾਂਗੇ ਤਾਂ ਫਿਰ ਇਹ ਕਚੂਮਰ ਹੀ ਨਿਕਲਣਾ, ਥੱਲੇ ਟੁੱਟ ਜਾਣਾ। ਅਤੇ ਫਿਰ ਉਹ ਬਰਾਬਰਲੀ ਜਗ੍ਹਾ ਦੇ ਉੱਤੇ ਬਰਾਬਰ ਆ ਕੇ ਬ੍ਰੇਕ ਮਾਰੀ ਕਿ ਜਿੱਥੋਂ ਹਾਈਵੇ ਦੇ ਨਾਲ ਜਗ੍ਹਾ ਬਰਾਬਰ ਸੀ, ਉਹਨੇ ਕੋਈ ਦੋ ਜਿਵੇਂ ਹੈਲੀਕਾਪਟਰ ਘੁੰਮਦਾ ਨਾ, ਉਹ ਘੁੰਮਿਆ ਅਤੇ ਘੁੰਮ ਕੇ ਸੜਕ ਤੋਂ ਥੱਲੇ ਲੈ ਗਏ। ਹਾਂਜੀ, ਬਸ ਉੱਥੇ ਉਹਨਾਂ ਨੇ ਹਰ 30 ਕਿਲੋਮੀਟਰ ਤੋਂ ਬਾਅਦ ਟਰੱਕ ਸਟਾਪ ਆਉਂਦਾ, ਹਰ 15 ਕਿਲੋਮੀਟਰ ਤੋਂ ਬਾਅਦ ਇੱਕ ਹੁੰਦਾ ਰੈਸਟ ਏਰੀਆ ਪਾਰਕਿੰਗ, ਅਤੇ ਜਿਹਦੇ ਵਜ੍ਹਾ ਤੋਂ ਮੈਂ ਸਭ ਨੂੰ ਸਮਝਾਉਂਦਾ ਕਿ ਬਈ ਤੁਹਾਨੂੰ ਨੀਂਦ ਆਉਂਦੀ, ਛੱਡ ਦਿਓ ਕਿ ਲੋਡ ਪਹੁੰਚਣਾ ਕਿ ਨਹੀਂ ਪਹੁੰਚਣਾ, ਤੁਸੀਂ ਆਪਣੀ ਸੇਫਟੀ ਕਰੋ, ਬ੍ਰੇਕ ਲਾਓ, ਅਲਾਰਮ ਵੀ ਨਾ ਲਾਓ। ਤੁਹਾਡਾ ਜਿਸਮ ਅਗਰ ਥੱਕਿਆ ਬਹੁਤਾ, ਉਹ ਉਦੋਂ ਹੀ ਉੱਠਣਾ ਤੁਹਾਡੀ ਅੱਖ ਖੁੱਲ੍ਹਣੀ ਜਦੋਂ ਪਧਰਾ ਹੋ ਗਿਆ, ਕਿਉਂਕਿ ਤੁਸੀਂ ਅੱਖਾਂ ਬੰਦ ਕਰਕੇ ਚਲਾਓਗੇ, ਕਿੱਥੇ ਅੱਖ ਲੱਗੀ ਤੁਹਾਨੂੰ ਪਤਾ ਨਾ ਲੱਗਾ, ਫਿਰ ਨਾ ਲੋਡ ਪਹੁੰਚਣਾ, ਫਿਰ ਨਾ ਤੁਸੀਂ ਪਹੁੰਚਣਾ। ਸਿਆਣੇ ਕਹਿੰਦੇ ਆ ਨਾ ਵੀ ਨਾ ਪਹੁੰਚਣ ਨਾਲੋਂ ਝੱਟ ਲੇਟ ਪਹੁੰਚੋ। ਬਿਲਕੁਲ, ਹਾਂਜੀ, ਮਗਰ ਇਹਦੇ 'ਚ ਵਾਲੀਅਮ ਹੁੰਦਾ, ਯਾਨੀ ਕਿ ਤੁਹਾਡੇ ਕੋਲ 48 ਘੰਟੇ ਜ਼ਿਆਦਾ ਹੁੰਦੇ, 40 ਤੋਂ 50 ਘੰਟੇ ਐਕਸਟਰਾ ਲੈ ਕੇ ਕੰਪਨੀ ਦਿੰਦੀ ਤੁਹਾਨੂੰ ਕਿ ਤੁਸੀਂ ਕੋਈ ਮਗਰ ਬਾਅਦ ਲੋਕ ਸਮਝਦੇ ਕਿ ਪਤਾ ਨਹੀਂ ਸਾਡੀ ਚਲਾਕੀ ਦੀ ਵਜ੍ਹਾ ਤੋਂ ਜਾਂ ਅਸੀਂ ਕਾਫੀਆਂ ਜ਼ਿਆਦਾ ਪੀ ਲਾਂਗੇ, ਅਸੀਂ ਇਹ ਲੋਡ ਜਿਹੜਾ 5ਵੇਂ ਦਿਨ ਪਹੁੰਚਣਾ, ਅਸੀਂ ਉਹਨੂੰ 3ਰੇ ਦਿਨ ਹੀ ਪਹੁੰਚਾ ਕੇ, ਅਤੇ ਇਹ ਸਭ ਤੋਂ ਵੱਡੀ ਗਲਤੀ ਹੈ। ਕਿਉਂਕਿ ਤੁਸੀਂ ਜਿਸਮ ਨਾਲ ਧੱਕਾ, ਜਿਸਮ ਰੱਬ ਨੇ ਇੱਕ ਐਸੀ ਮਸ਼ੀਨਰੀ ਬਣਾਈ ਹੈ, ਤੁਸੀਂ ਧੱਕਾ ਨਹੀਂ ਕਰ ਸਕਦੇ। ਹਾਂਜੀ, ਅਤੇ ਦੂਸਰਾ ਇਹ ਵੇ ਕਿ ਜੀ, ਉਹਨਾਂ ਮੁਲਕਾਂ 'ਚ ਕਿਉਂ ਲੋਕ ਟਰੱਕ ਚਲਾਉਂਦੇ ਨੇ, ਮਹਿੰਗਾਈ ਪਾਕਿਸਤਾਨ 'ਚ ਵੀ ਹੈ, ਮਗਰ ਪਾਕਿਸਤਾਨ ਸੌਖੇ ਵੇ ਜਾਂ ਇੰਡੀਆ 'ਚ ਵੀ ਹੈ, ਅਤੇ ਇੱਥੇ ਸੌਖੇ ਵੇ ਕਿ ਤੁਹਾਡੇ ਘਰ ਆਪਣੇ ਨੇ, ਤੁਹਾਨੂੰ ਕੋਈ ਗੱਡੀਆਂ ਦੀ ਇੰਸ਼ੋਰੈਂਸ ਨਹੀਂ ਦੇਣੀ, ਤੁਹਾਡੇ ਕੋਲ ਗੈਸ ਦੇ ਬਿੱਲ ਏਡੇ ਲੰਬੇ ਚੌੜੇ ਨਹੀਂ ਆਉਣੇ, ਜਾਂ ਤੁਹਾਡੇ ਮੋਬਾਈਲ ਦਾ ਫੋਨ ਮਹੀਨੇ ਦੇ ਮਹੀਨੇ ਬਿੱਲ ਨਹੀਂ ਆਉਣਾ, ਇੱਥੇ ਤੁਸੀਂ ਕਾਰਡ 'ਚ ਰੀਚਾਰਜ ਕਰਾ ਲੈਂਦੇ ਅਤੇ ਘਰ ਆਪਣਾ, ਖਾਣ ਪੀਣ ਵੀ ਆਪਣਾ, ਉੱਥੇ ਖਰਚੇ ਇੰਨੇ ਨੇ ਕਿ ਜਿਹੜੀ ਆਮ ਜਾਬ ਹੈ ਨਾ ਉਹ ਇਸ ਟਾਈਮ ਉਹ ਪੂਰਾ ਨਹੀਂ ਕਰ ਪਾ ਰਹੀ। ਯਾਨੀ ਕਿ ਆਮ ਜਾਬ ਜਿਹੜੀ ਉਹ ਸਮਝ ਲਓ ਕਿ 4 ਬੰਦੇ ਰਲ ਕੇ ਚਲਾਉਣ ਅਤੇ 1 ਟਰੱਕ ਡਰਾਈਵਰ ਚਲਾਏ ਉਹ ਬਰਾਬਰ ਪੈਣ ਡਿਆ। ਯਾਨੀ ਕਿ ਇੱਥੇ ਜਿਹੜੇ ਪਾਕਿਸਤਾਨੀ ਭਰਾ ਟਰੱਕ ਨਹੀਂ ਚਲਾਉਂਦੇ, ਉਹਨਾਂ ਮੀਆਂ ਬੀਵੀ ਦੋਵਾਂ ਨੂੰ ਕੰਮ ਕਰਨਾ ਪੈਂਦਾ, ਜੇ ਬੱਚੇ ਵੱਡੇ ਨੇ ਬੱਚਿਆਂ ਨੂੰ ਵੀ ਕੰਮ ਕਰਨਾ ਪੈਂਦਾ ਨਾਲ, ਤਾਂ ਜਾ ਕੇ ਉੱਥੇ ਗੁਜ਼ਾਰਾ ਹੋ ਰਿਹਾ। ਅਤੇ ਜਿਹੜਾ ਬੰਦਾ ਸੋਚਦਾ ਕਿ ਭਾਈ ਸਾਹਿਬ ਮੈਂ ਆਇਆ ਹੁਣ, ਮੈਂ ਕਿ ਮੈਂ ਵੀ 4 ਸਾਲ ਬਾਅਦ ਆਇਆ, ਉਹ ਸਮਝਦੇ ਇਹਨਾਂ ਦਾ ਦਿਲ ਲੱਗ ਗਿਆ ਉੱਥੇ, ਹੁਣ ਵੀ ਬਰਾਬਰ 0-0 ਬੈਲੈਂਸ 'ਤੇ ਉੱਥੇ ਹੀ ਮੈਂ ਆਇਆ ਵਾਂ, ਮਗਰ ਮੈਨੂੰ ਪਤਾ ਕਿ ਜੇ 4 ਸਾਲ ਬਾਅਦ ਵੀ ਨਹੀਂ ਜਾਣਾ ਅਤੇ ਜਿਸਮ ਦੀ ਮਸ਼ੀਨਰੀ ਤਾਂ ਉਹ ਦਿਨ ਬਦਿਨ ਥੱਕਦੀ ਪਈ ਹੈ, ਇਹਨੂੰ ਰੀਫਰੈਸ਼ ਨਹੀਂ ਕਰੋਗੇ ਆਪਣੇ ਆਪ। ਦੇਖੋ ਜੀ, ਉੱਥੇ ਦਾ ਸਿਸਟਮ ਹੈ ਲੋਕਾਂ ਦਾ, ਗੋਰਿਆਂ ਦਾ ਵੀ, ਕਿ ਉਹ 2 ਵੀਕ ਵਾਸਤੇ ਵਕੇਸ਼ਨਸ 'ਤੇ ਜਾਂਦੇ, ਪਰ ਸਾਡੇ ਸੋਚਦੇ ਕਿ ਜਦ ਤੱਕ ਮਰਨਾ ਹੀ ਨਾ ਗਏ, ਉਦੋਂ ਤੱਕ ਤਾਂ ਛੁੱਟੀ ਕਰਨੀ ਕੋਈ ਨਹੀਂ।
ਤੇ ਪਿਛਲੇ ਸੋਚਦੇ ਪਤਾ ਨਹੀਂ ਉਹਦਾ ਦਿਲ ਨਹੀਂ ਕਰਦਾ ਆਉਣ ਨੂੰ ਕਿ ਪਾਕਿਸਤਾਨ ਆਉਣਾ ਨਹੀਂ ਚਾਹੁੰਦਾ। ਬਹੁਤ ਮਹਿੰਗਾਈ, ਉਹਦੀ ਵਜ੍ਹਾ ਇਹੀ ਦੱਸੀ ਕਿ ਸਭ ਤੋਂ ਜ਼ਿਆਦਾ ਤੁਹਾਡਾ 60% ਤੁਹਾਡਾ ਰੈਂਟ ਜਾਂ ਮਾਰਗੇਜ ਜਿਹੜੀ ਬੈਂਕ ਦੇ ਥਰੂ ਫਾਈਨੈਂਸ ਹੁੰਦੇ ਘਰ ਉਹੀ ਲੈ ਜਾਂਦੀ, ਤੁਹਾਡੇ ਕੋਲ ਬਹੁਤ ਛੋਟੀ ਲਿਮਿਟ ਬਚਦੀ ਹੈ। ਹੁਣ ਇੱਕ ਬੰਦਾ ਦੇਖੋ ਜੀ, ਪਾਕਿਸਤਾਨ ਦਾ ਇਸ ਟਾਈਮ ਡਾਲਰ ਚੱਲ ਰਿਹਾ, ਕੈਨੇਡਾ ਦਾ 200 ਰੁਪਏ ਦਾ, 209-210 ਦਾ। ਹੁਣ ਤੁਸੀਂ ਇੱਕ ਬੰਦੇ ਨੂੰ ਪੁੱਛੋ ਕਿ ਕਿੰਨਾ ਕਮਾਉਂਦੇ ਹੋ, ਕਹੇਗਾ 7-8 ਹਜ਼ਾਰ ਡਾਲਰ ਕਮਾ ਲੈਣਾ। ਉਸ ਟਾਈਮ ਕੈਲਕੂਲੇਟਰ ਮਾਰੇਗਾ ਕਿ ਇਹ 16 ਲੱਖ ਰੁਪਈਆ ਇਹਨੇ ਕਮਾ ਲਿਆ, ਉਹ ਫਿਰ ਕਹੇਗਾ ਕਿ ਜੀ 2 ਲੱਖ ਮੈਨੂੰ ਵੀ ਭੇਜ ਦਿਓ, ਠੀਕ ਹੈ। ਅਤੇ ਉਹਨੂੰ ਇਹ ਨਹੀਂ ਪਤਾ ਕਿ ਇਹ 16 ਦੇ ਨਾਲ ਉਹਦਾ ਬੈਲੈਂਸ 0-0 ਹੋਣਾ। ਬਾਅਦ ਦਫ਼ਾ ਮੈਂ ਖੁਦ ਹਿਸਾਬ ਲਾਉਣਾ ਕਿ ਪਾਕਿਸਤਾਨੀ ਹਿਸਾਬ ਨਾਲ ਸਾਨੂੰ 20,000 ਰੁਪਈਆ ਮਹੀਨੇ ਦਾ ਬਚਦਾ ਹੈ, ਜਾਨੀ 100 ਡਾਲਰ ਜਾਂ 150 ਡਾਲਰ ਤੋਂ ਉੱਤੇ ਸਾਡੀ ਕਹਾਣੀ ਕੋਈ ਨਹੀਂ ਹੁੰਦੀ। ਕੈਨੇਡਾ ਦੇ ਵਿੱਚ ਕੈਨੇਡਾ ਦਾ ਨਾਮ ਬਚਦਾ, ਇਹ ਗੱਲ ਵੈਸੇ ਸੁਣੀ ਆ, ਆਮ ਸੁਣੀ ਆ, ਸਾਡੀ ਗੱਲ ਵੀ ਹੁੰਦੀ ਰਹਿੰਦੀ ਹੈ। ਸਾਡੇ ਬੜੇ ਪਿਆਰ ਕਰਨ ਵਾਲੇ ਭਰਾ ਜਿਹੜੇ ਟਰੱਕ ਡਰਾਈਵਰ ਆ, ਹੁਣ ਉਹ ਸਾਰਿਆਂ ਦਾ ਤਾਂ ਨਾਮ ਮੇਰੇ ਚੇਤੇ ਨਹੀਂ, ਰਾਤੀ ਗੱਲ ਹੋ ਰਹੀ ਸੀ, ਅਰਸ਼ ਸੰਧੂ ਆ 23 ਸਾਲ ਦਾ ਮੁੰਡਾ, ਟਰੱਕ ਚਲਾਉਂਦਾ। ਉਹਦੇ ਨਾਲ ਜਦੋਂ ਟੈਲੀਫੋਨ ਕਰੀਏ 3-3 ਦਿਨ ਲਗਾਤਾਰ, ਉਹ 3 ਦਿਨਾਂ ਬਾਅਦ 4 ਦਿਨਾਂ ਬਾਅਦ ਉਹ ਘਰ ਪੜਦਾ ਆਪਣਾ ਅਰਸ਼ ਸੰਧੂ। ਉਹਦਾ ਵਿਆਹ ਵੀ ਆ ਰਿਹਾ, ਜੱਲਾ ਨੇ ਚਾਹਿਆ ਤੇ ਉੱਥੇ ਅਸੀਂ ਜਾਵਾਂਗੇ ਵੀ। ਅੱਛਾ, ਉਹ ਅਮਰੀਕਾ 'ਚ ਆ? ਅਮਰੀਕਾ ਤਾਂ ਆਪਾਂ ਅਮਰੀਕਾ 'ਚ ਸਾਡਾ ਕੰਮ ਹੀ ਸਾਰਾ ਅਮਰੀਕਾ 'ਚ ਹੁੰਦਾ। ਹਾਂਜੀ, ਕੈਨੇਡਾ 'ਚ ਤਾਂ ਅਸੀਂ ਹੁੰਦੇ ਹੀ ਨਹੀਂ, ਕੈਨੇਡਾ ਦਾ ਬਾਰਡਰ ਤਾਂ 400 ਕਿਲੋਮੀਟਰ ਤੇ। ਹਾਂਜੀ, ਬਾਕੀ ਸਾਰਾ ਉਹ ਜ਼ਿੰਦਗੀ ਦਾ ਟਾਈਮ ਉਧਰ ਹੀ ਗੁਜ਼ਰਦਾ। ਤੇ ਤਾਹਰ ਹੁਸੈਨ ਸਾਹਿਬ ਆ ਜੀ ਇੱਕ, ਉਹ ਵੀ ਸਾਡੇ ਟਰੱਕ ਡਰਾਈਵਰ ਆ, ਗੁਜਰਾਤ ਤੋਂ ਉਹ ਵੀ ਅਮਰੀਕਾ ਦੇ, ਅਮਰੀਕਾ 'ਚ ਵੀ। ਅੱਛਾ ਅੱਛਾ, ਹਾਂਜੀ, ਬੜੇ ਆ ਹੁਣ ਜੀ। ਬਸ ਉਹ ਜੇ ਮੈਂ ਨਾ ਚੇਤੇ ਕਰਾਂ ਤਾਂ ਹੁਣ ਮੈਨੂੰ ਚੇਤੇ ਨਹੀਂ ਹੋਣੇ। ਨਹੀਂ, ਸਾਡਾ ਵੀ ਰਾਜ ਚੇਤੇ ਰੱਖਣਾ ਕਰਨਾ, ਅਸੀਂ ਵੀ ਤੁਹਾਡੇ ਹਾਂਜੀ ਨਹੀਂ ਜੀ, ਚੀਮਾ ਸਾਹਿਬ ਤੁਹਾਡਾ ਤਾਂ ਚੇਤੇ ਹੀ ਹੈ ਜੀ। ਤੇ ਉਹ ਗੱਲ ਕਰਦੇ ਸੀਗੇ ਵੀ ਦੇਖ ਲਓ ਜੀ ਕੈਸੀ ਗੱਲ ਆ, ਕੋਈ ਗੱਲਾਂ ਦੇਖਣ 'ਚ ਹੋਰ ਹੁੰਦੀਆਂ, ਸੁਣਨ 'ਚ ਹੋਰ ਹੁੰਦੀਆਂ। ਅਤੇ ਉਹ ਜਿਹੜੀ ਗੱਲ ਅੱਗੇ ਚਾਚੇ ਬੂਟੇ ਨੇ ਕੀਤੀ ਆ ਵੀ ਸਾਡੇ ਇੱਥੇ ਅੱਲਾ ਨਾ ਕਰੇ ਵੀ ਐਕਸੀਡੈਂਟ ਹੋਵੇ ਤਾਂ ਕੀ ਹੁੰਦਾ, ਅਤੇ ਅੱਗੋਂ ਤੁਸੀਂ ਦੱਸਿਆ ਵੀ ਬਸ ਇਹ ਬੰਦਾ ਨਾ ਉਂਝ ਤਾਂ ਬੰਦਾ ਕਹਿੰਦਾ ਵੀ ਮੈਨੂੰ ਨਾ ਮਾਫ਼ੀ ਮਿਲਦੀ ਰਹੇ ਹਰ ਥਾਂ ਤੋਂ, ਇਹ ਮਾਫ਼ੀ ਦਾ ਤਲਬਗਾਰ ਆ, ਮਾਫ਼ੀ ਦੀ ਸਿਫਤ ਕਰਦਾ, ਪਰ ਖੁਦ ਨਹੀਂ ਕਰਦਾ ਮਾਫ਼ੀ, ਰੱਬ ਤੋਂ ਵੀ ਮਾਫ਼ੀ ਮੰਗਦਾ, ਬੰਦਿਆਂ ਤੋਂ ਵੀ ਕਹਿੰਦਾ ਮੈਨੂੰ ਮਾਫ਼, ਮੈਂ ਗਲਤੀ ਬਾਅਦ 'ਚ ਕਰਾਂ ਪਹਿਲਾਂ ਮੈਨੂੰ ਮਾਫ਼ੀ ਮਿਲ ਜੇ, ਪਰ ਆਪ ਇਹ ਮਾਫ਼ ਨਹੀਂ ਕਰਦਾ ਜਦੋਂ ਇਹਦੇ 'ਤੇ ਪੈਂਦੀ ਹੈ। ਉਮੀਦਾਂ ਦੋਵਾਂ ਤੋਂ ਰੱਖਦਾ ਬੜੀਆਂ ਢੇਰ ਢੇਰ ਸਾਰੀਆਂ, ਤੇ ਆਪਣੀ ਵਾਰੀ ਇਹ ਕਹਿੰਦਾ ਵੀ ਮੈਂ ਕਿਹੜਾ ਕਿਹਾ ਸੀ, ਮੈਂ ਕਿਹੜਾ ਕਿਹਾ, ਉਹ ਫਿਰ ਵਾਕਫ ਹੀ ਨਹੀਂ ਬਣਦਾ। ਮੈਂ ਗੱਲ ਉੱਧਰ ਨੂੰ ਲਿਆ ਰਿਹਾ ਵੀ ਤੁਸੀਂ 25 ਸਾਲ ਹੋ ਗਏ ਕੈਨੇਡਾ ਗਏ, ਬਿਲਕੁਲ, ਟਰਾਲਾ ਡਰਾਈਵਰ ਜਿਹੜਾ ਸਾਰਿਆਂ ਤੋਂ ਚੰਗਾ ਕੰਮ ਆ ਇਸ ਟਾਈਮ ਅਮਰੀਕਾ ਕੈਨੇਡਾ ਦਾ ਜਾਂ ਕਿਸੇ ਵੀ ਮੁਲਕ ਦਾ, ਅਰਬਾਂ ਦਾ ਵੀ ਇਹ ਬੜਾ ਕੰਮ, ਆਸਟ੍ਰੇਲੀਆ, ਜਰਮਨੀ, ਫਰਾਂਸ, ਜਿੱਥੇ ਜਿੱਥੇ ਵੀ ਸਾਡੇ ਭਰਾ ਬੈਠੇ। ਮੈਂ ਪੁੱਛਦਾ ਵੀ 25 ਸਾਲਾਂ 'ਚ ਪਿੱਛੇ ਤੁਸੀਂ ਕੀ ਬਣਾਇਆ, ਅਤੇ ਪਿਛਲਿਆਂ ਦੇ ਨਾਲ ਜਿਵੇਂ ਅਸੀਂ ਦੇਖਦੇ ਵੀ ਇੱਥੇ ਕਈ ਬੰਦੇ 30-30 ਸਾਲ ਲਾ ਕੇ ਆਏ ਹਾਂ, ਹਾਂਜੀ, ਅਤੇ ਮੇਰੇ ਵਰਗੇ ਪਿਛਲੇ ਚੌਧਰੀ ਬਣ ਗਏ ਆ, ਅਤੇ ਉਹ ਜਿਹੜਾ ਆਇਆ 30 ਸਾਲ ਲਾ ਕੇ ਅਤੇ ਉਹ ਅਸੀਂ ਉਹਦਾ ਨਹੀਂ ਕੁਛ ਬਣਦਾ ਦੇਖਿਆ, ਇੱਦਾਂ ਵੀ ਅਸੀਂ ਦੇਖਿਆ। ਅਤੇ ਤੁਸੀਂ ਪਿਛਾ ਕੀ ਬਣਾਇਆ, ਕੀ ਕਹਾਣੀ ਹੈ ਕੋਈ? ਦੇਖੋ ਜੀ, ਜਿਵੇਂ ਤੁਸੀਂ ਪਸੰਦ ਕਰੋਗੇ, ਜਿਵੇਂ ਤੁਸੀਂ ਗੱਲ ਕੀਤੀ ਹੈ ਅਤੇ ਤੁਹਾਡੇ ਨਾਲ ਬਕਾਇਦਾ ਇਸ ਨਾਲ ਐਗਰੀ ਕਰਦੇ ਹਾਂ ਕਿ ਪਿਛਲੇ ਬਹੁਤ ਸੌਖੇ ਹੋ ਜਾਂਦੇ। ਅਸਲ ਵਿੱਚ ਇਹ ਜੀ ਕਿ ਜੇ ਤਾਂ ਹੋਏਗਾ ਘਰ ਦਾ ਵੱਡਾ ਪੁੱਤਰ, ਉਹ ਤਾਂ ਸਮਝੇਗਾ ਕਿ ਸਾਰਿਆ ਪੰਡ ਮੈਂ ਹੀ ਚੁੱਕੀ ਹੋਈ ਹੈ, ਮੈਂ ਚੱਕੀ, ਠੀਕ ਹੈ। ਅਤੇ ਉਹ ਆਪਣਾ ਆਪ ਪਿਛਾ ਕਰਕੇ ਉਹ ਨਾ ਉੱਥੇ ਕੁਛ ਬਣਾਉਂਦਾ ਅਤੇ ਨਾ ਇੱਥੇ ਕੁਛ ਬਣਾਉਂਦਾ, ਉਹ ਕਹਿੰਦਾ ਜੀ ਸੁਖੀ ਹੋ ਔਰ ਠੀਕ ਹੈ। ਉਹ ਜਦੋਂ ਆਉਂਦਾ ਹੈ ਤਾਂ ਫਿਰ ਉਹ ਸਮਝਦੇ ਨੇ ਕਿ ਯਾਰ ਇਹਨੇ ਸਾਨੂੰ ਭੇਜਿਆ ਸੀ ਪਿਛਲੇ ਸਾਲ 50 ਲੱਖ, ਅਤੇ ਇਹ ਕਮਾਉਂਦਾ ਕਿੰਨਾ ਹੋਣਾ, ਕਮਾਉਂਦਾ ਕਿੰਨਾ, ਇਹ ਨਹੀਂ ਦੇਖਿਆ ਵੀ ਉਹਨੂੰ ਉਸ ਉਹਨੇ ਰੋਟੀ ਵੀ ਨਹੀਂ ਖਾਧੀ, ਉਹਨੇ ਕਿਹਾ ਯਾਰ ਆ ਜਾ ਮੈਂ ਪੀਜ਼ਾ ਖਾਣਾ, ਮੈਂ ਕਾਫੀ ਪੀ ਕੇ ਗੁਜ਼ਾਰਾ ਕਰ ਲੈਣਾ, ਠੀਕ ਹੈ।
ਯਾਨੀ ਕਿ ਉਹਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ, ਉਹ ਜਦੋਂ ਉਹਦੇ ਕੋਲ $8,000 ਦਾ ਚੈੱਕ ਆਉਂਦਾ ਨਾ ਜੀ, ਉਹ ਕਹਿੰਦਾ ਯਾਰ $7,000 ਤਾਂ ਮੈਂ ਭੇਜ ਦਿਆਂ ਪੈਸਾ। ਠੀਕ, ਯਾਨੀ ਕਿ 99% ਕਮਾਈ ਉਹ ਖੁਸ਼ ਹੋ ਕੇ ਭੇਜਦਾ। ਪਿਛਲੇ ਸਮਾਂ ਜੇ ਪੈਂਦੇ ਨੇ ਕਿ ਅੱਛਾ ਇਹ 15 ਲੱਖ ਜਿਹੜਾ ਇਹਨੇ ਭੇਜਿਆ ਨਾ, ਇਹਦਾ ਮਤਲਬ ਇੱਥੇ ਤਾਂ ਮੌਜਾਂ ਲੱਗੀਆਂ ਹੋਈਆਂ ਨੇ। ਠੀਕ ਹੈ, ਇਹ ਗਲਤ ਫਹਿਮੀ ਸਾਡੇ ਮੁਆਸ਼ਰੇ 'ਚ ਬਹੁਤ ਜ਼ਿਆਦਾ ਫੈਲੀ ਹੋਈ ਹੈ, ਹਰ ਦੂਜੇ ਘਰ ਦੀ ਇਹ ਕਹਾਣੀ ਹੈ। ਅਤੇ ਗੱਲ ਇਹ ਵੇ ਕਿ ਜਿਹੜੇ ਇੱਥੇ ਬੈਠੇ ਨੇ ਉਹ ਅੱਲਾ ਕਰੇ ਸੁਖੀ ਰਹਿਣ, ਭਰਾ ਸੁਖੀ ਰਹਿਣ, ਹੋਣਾ ਵੀ ਚਾਹੀਦਾ। ਬਾਅਦ ਦਫ਼ਾ ਹੁੰਦਾ ਕਿ ਭੈਣਾਂ ਵਿਆਹਣ ਵਾਲੀਆਂ ਨੇ, ਭਰਾ ਪੜ੍ਹਦੇ ਪਏ ਨੇ, ਜ਼ਿੰਮੇਵਾਰੀਆਂ ਨੇ, ਮਗਰ ਉਹ ਜਦੋਂ ਹਿਸਾਬ ਸਿਰਫ ਇਹ ਲਾਉਂਦੇ ਨੇ ਕਿ ਬਈ ਜੇ ਇਹਨੇ 10 ਸਾਲਾਂ 'ਚ ਸਾਨੂੰ 5 ਕਰੋੜ ਭੇਜਿਆ ਅਤੇ ਇਹਨੇ ਵੀ ਕੋਈ 20-25 ਕਰੋੜ ਕਮਾਇਆ ਹੋਣਾ, ਵੱਖਰਾ ਰੱਖਿਆ ਹੋਣਾ, ਤੇ ਉਹ ਇਹ ਸੋਚਦਾ ਕਿ ਉਹ ਭੇਜਣ ਵਾਲਾ ਇਹ ਸੋਚਦਾ ਕਿ ਯਾਰ ਜਿੰਨੀ ਪਿਆਰ ਮੁਹੱਬਤ ਬੇਲੋਸ ਹੋ ਕੇ ਮੈਂ ਕਰ ਲਈ ਨਾ ਇਹਨਾਂ ਨਾਲ, ਮੈਨੂੰ ਜਦੋਂ ਪਾਕਿਸਤਾਨ ਜਾਵਾਂਗਾ ਤਾਂ ਡਬਲ ਰਿਵਾਰਡ ਮਿਲੇਗਾ, ਮੇਰੇ ਨਾਲ ਹੱਸ ਕੇ ਬੋਲਣਗੇ। ਨੁਕਤਾ ਠੀਕ ਹੈ ਜੀ, ਮਗਰ ਉਹ ਜਦੋਂ ਆਉਂਦਾ ਫੀ ਜ਼ਮਾਨੇ ਆ ਲਓ, ਕਹਿੰਦੇ ਜੀ ਭਾਈ ਜੀ ਆਏ ਜੇ ਕਿੰਨੇ ਕੁ ਦਿਨ ਵਾਸਤੇ ਆਏ ਜੇ, ਉਹ ਦਿਲ 'ਚ ਸੋਚਦਾ ਸ਼ਾਇਦ ਮੈਂ ਯਾਰ ਮੈਂ ਰਵਾਂ ਆਪਣੇ, ਦੇਖੋ ਪਰਦੇਸ ਕੱਟ ਕੇ ਆਇਆ ਨਾ, ਉਹਦਾ ਦਿਲ ਕਰਦਾ ਕਿ ਮੈਂ ਸ਼ਾਇਦ ਕੀ ਲੈਣ ਜਾਣਾ ਹੁਣ, ਇਹ ਸੁਖੀ ਨੇ, ਉਹ ਅੱਗੋਂ ਪੁੱਛ ਪੈਂਦੇ ਨੇ ਤੁਸੀਂ ਜਾਣਾ ਕਦੋਂ, ਉਹ ਬੰਦੇ ਦਾ ਦਿਲ ਹੀ ਟੁੱਟ ਜਾਂਦਾ। ਉਹ ਕਹਿੰਦਾ ਯਾਰ ਇਹ ਸਵਾਲ ਦਾ ਕੀ ਮਕਸਦ ਹੋਇਆ ਵੀ ਮੈਂ ਆਪਣੇ ਘਰ ਆਇਆ, ਤੁਸੀਂ ਕਹੋ ਵੀ ਭਾਈ ਸਾਹਿਬ ਹੁਣ ਤੁਸੀਂ ਕਹੋ ਵੀ ਭਾਈ ਸਾਹਿਬ ਤੁਸੀਂ ਨਹੀਂ ਜਾਣਾ, ਤੁਸੀਂ ਨਹੀਂ ਜਾਣਾ, ਹਾਂ ਇਹ ਕਹੋ, ਠੀਕ ਹੈ, ਤੁਸੀਂ ਉਲਟਾ ਪੁੱਛ ਪੈਂਦੇ ਵੀ ਤੁਹਾਡੀ ਕਿੱਦਾਂ ਦੀ ਵਾਪਸੀ ਦੀ ਫਲਾਈਟ। ਦੁੱਖ ਹੋਵੇ ਤੇ ਤਾਂ ਛੱਡਦੇ ਨੇ ਘਰ ਨੂੰ ਮਾਲਕ ਘਰ ਦੇ, ਹਾਂਜੀ ਦੁੱਖ ਹੋਵੇ ਤੇ ਤਾਂ ਛੱਡਦੇ ਨੇ ਘਰ ਨੂੰ ਮਾਲਕ ਘਰ ਦੇ, ਐਵੇਂ ਤੇ ਨਹੀਂ ਅੱਖੀਆਂ ਵਿੱਚੋਂ ਅੱਥਰੂ ਹਿਜਰਤ ਕਰਦੇ। ਬਿਲਕੁਲ, ਤੇ ਜਿਹੜੀ ਵਾਹ ਦੀ ਸ਼ਹਿ ਦੇ ਉੱਤੇ ਉੱਡਿਆ ਸੀ ਮੈਂ ਅੱਤ ਉਡਾਰੀ, ਉਹਨੇ ਟੋਟੇ ਕਰ ਦਿੱਤੇ 100-100 ਪਰਦੇ, ਤੇ ਵੇਲਿਆ ਜੇ ਤੂੰ ਜਾਦੂ ਕਰ ਰਹੇ ਤਾਂ ਕੋਈ ਮੰਤਰ ਪੜ੍ਹ ਕੇ ਉਹਨੂੰ ਮੋਮ ਬਣਾ ਦੇ ਜਾਂ ਫਿਰ ਮੈਨੂੰ ਪੱਥਰ ਕਰ ਦੇ। ਪਰਦੇਸੀ ਜਿਹੜਾ ਨਾ ਉਹ ਮਿਹਨਤ ਕਰ ਕਰਕੇ ਐਂਡ ਤੇ ਆ ਕੇ ਉਹਨੂੰ ਦੁਖੀ ਲੱਭਿਆ। ਕਹਿੰਦਾ ਉਸਮਾਨ ਸਾਹਿਬ ਮੋਤੀ ਪਰੋਤੇ, ਤੁਸੀਂ ਸਾਡੀ ਜਿਹੜੀ ਗੱਲ ਅਸੀਂ ਸਿਰੇ ਲਾ ਦਿੱਤੀ ਜੀ, ਨਹੀਂ ਕਰਨਾ ਅਸੀਂ ਕਰ ਨਹੀਂ ਹੋ ਰਹੀ ਸੀ ਸਾਡੇ ਤੋਂ ਲਫ਼ਜ਼ਾਂ ਦੇ ਵਿੱਚ, ਉਹ ਤੁਸੀਂ ਸ਼ੇਅਰ ਦੇ ਵਿੱਚ ਸਾਡੀ ਗੱਲ ਹੀ ਪੂਰੀ। ਬਿਲਕੁਲ ਜੀ, ਸਾਰੀ ਕਹਾਣੀ ਬਿਆਨ ਕਰ ਦਿੱਤੀ ਇਹਨਾਂ ਨੇ। ਬਹਰਹਾਲ ਮੈਂ ਇੱਕ ਗੱਲ ਕਰੂੰਗਾ, ਜਿਹੜੇ ਪਿਛਲੇ ਆ ਪਿਛਲੇ ਅਸੀਂ ਆ ਹੋਰ ਕੌਣ, ਤੇ ਬਈ ਪੈਸਾ ਬੜੀ ਸ਼ਾ ਪਰ ਹਰ ਸ਼ਾ ਪੈਸਾ ਨਹੀਂ, ਜਿਹੜੀ ਉਹ ਆਪਣੇ ਦੀ ਕਦਰ ਆ ਨਾ ਉਹ ਨਹੀਂ ਘਟਣੀ ਚਾਹੀਦੀ। ਜਿਹੜੀ ਆ ਗੱਲ ਇਹਨੇ ਕੀਤੀ ਨਾ, ਜੇ ਕੋਈ ਗੱਲ ਸਮਝੀ ਤਾਂ ਗੱਲ ਬੜੀ ਵੱਡੀ ਆ ਵੀ ਵਾਪਸ ਕਹਿੰਦੇ ਕਦੋਂ ਜਾਣਾ, ਆਪਣੇ ਘਰ ਆਏ ਬੰਦੇ ਨੂੰ ਤਾਂ ਇਹ ਸਵਾਲ ਨਹੀਂ ਨਾ ਬਾਗ ਕਰਦਾ ਵੀ ਕਦੋਂ ਮੁੜ ਕੇ ਤੂੰ ਜਾ। ਕੋਈ ਇਹ ਨਹੀਂ ਕਹਿੰਦਾ ਕਿ ਭਾਜੀ ਤੁਸੀਂ ਹੁਣ ਪਰਦੇਸ ਕੱਟ ਲਿਆ ਹੁਣ ਤੁਸੀਂ ਇੱਥੇ ਜ਼ਿੰਦਗੀ ਬਸ ਕਰੋ ਸਾਡੇ ਨਾਲ ਗੁਜ਼ਾਰੋ, ਸਾਡੇ ਨਾਲ ਗੁਜ਼ਾਰੋ, ਨਹੀਂ ਇਹ ਨਹੀਂ ਕਰਦਾ। ਤੇ ਕਿਤੇ ਕਿਤੇ ਨਾ ਚਾਚਾ ਬੂਟਿਆ ਤਸਵੀਰ ਦੇ ਦੋ ਰੁੱਖ, ਕਿਤੇ ਕਿਤੇ ਇੱਦਾਂ ਵੀ ਆ, ਮੈਂ ਹੁਣ ਨਾਂ ਨਹੀਂ ਲੈਂਦਾ, ਮੈਂ ਤੁਹਾਨੂੰ ਗੱਲ ਸੁਣਾਉਣਾ ਜੀ ਜੀ ਗੱਲ ਵੀ ਦੋ ਭਰਾ ਚਲੇ ਗਏ ਬਾਹਰ, ਤਿੰਨ ਭਰਾ ਸੀ ਉਹ ਨਿੱਕਾ ਪਿੱਛੇ ਰਹਿ ਗਏ, ਤੇ ਉਹ ਦੋਵਾਂ ਭਰਾਵਾਂ ਦੀ ਪਿਛਾਂ ਔਲਾਦਾਂ ਵੀ ਇੱਥੇ, ਉਹ ਹੁਣ ਨਿੱਕਾ ਪਿੱਛੇ ਨਸ ਭਾਜ ਡਿਊਟੀ ਕਰ ਰਿਹਾ, ਤਿੰਨੇ ਖਾਨਦਾਨਾਂ ਨੂੰ ਉਹ ਸਾਂਭ ਰਿਹਾ ਅੱਗੇ ਪਿੱਛੇ, ਤੇ ਉਹਨੂੰ ਕਹੀ ਜਾ ਰਿਹਾ ਵੀ ਤੂੰ ਅਸੀਂ ਤੈਨੂੰ ਸੱਦ ਲੈਂਦੇ ਹਾਂ, ਯੇ ਕਰ ਲਾਂਗੇ ਉਹ ਕਾਗਜ਼ ਕੁਗਜ਼ ਉਹਨਾਂ ਨੇ ਬਣਵਾਏ, ਉਹ ਆਪਣੇ ਜੀ ਏਜੰਟ ਨੂੰ ਲੈ ਗਏ, ਜੀ ਏਜੰਟ ਲੈ ਗਏ ਦੋਵੇਂ ਜਣੇ, ਦੋਵੇਂ ਜਣੇ, ਉਹ ਤੀਸਰਾ ਪਿੱਛੇ ਇਕੱਲਾ ਰਹਿ ਗਿਆ, ਇਕੱਲਾ ਰਹਿ ਗਿਆ। ਅੱਛਾ ਉਹ ਹੁਣ ਆਪਣਾ ਜਦੋਂ ਆਪਣੇ ਜੀ ਏਜੰਟ ਨੂੰ ਲੈ ਗਏ, ਹੁਣ ਪਤਾ ਨਹੀਂ ਕਿੰਨਵਾਂ ਸਾਲ ਆ ਇਸ ਗੱਲ ਨੂੰ, ਨਾ ਉਹਨਾਂ ਨੇ ਉਸ ਮੁੰਡੇ ਨੂੰ ਖਰਚਾ ਭੇਜਿਆ ਨਾ ਉਹਨੂੰ ਲੈ ਕੇ ਗਏ, ਤੇ ਕਹਿੰਦੇ ਸੀਗੇ ਵੀ ਤੂੰ 8 ਦਿਨਾਂ ਬਾਅਦ ਆਇਆ, 8 ਦਿਨਾਂ ਬਾਅਦ ਤੂੰ ਆਇਆ, ਬਸ ਮਾਂ ਪਿਓ ਫੌਤ ਹੋ ਗਿਆ, ਉਹ ਪਿੱਛੇ ਉਦਾਂ ਉਹਦੇ ਹਾਲਾਤ ਉਦਾਂ ਦੇ ਉਦਾਂ ਹੀ, ਤੇ ਉਹ ਕਿਤੇ ਦੇ ਕਿਤੇ ਤਸਵੀਰ ਦੇ ਕਿਤੇ ਕਿਤੇ ਦੋ ਰੁੱਖਾਂ ਜੀ, ਜ਼ਮਾਨੇ ਦੇ ਕਈ ਰੰਗ ਆ ਜੀ, ਕਈ ਰੰਗ ਆ, ਹਾਂਜੀ ਹਾਂਜੀ, ਤੇ ਵਨ ਪਵੰਨੇ ਫਿਰ ਜਿਵੇਂ ਬੰਦੇ ਆ, ਪੰਜੇ ਉਂਗਲਾਂ ਬਰਾਬਰ ਨਹੀਂ ਹੈ, ਕਿਤੇ ਹੈ ਪਿਛਲੇ ਕਿਤੇ ਅਗਲੇ। ਤੁਸੀਂ ਅੰਜਮ ਸਾਹਿਬ ਇਹ ਦੇਖੋ ਕਿ ਸਨ 80 ਦੀ ਦਹਾਈ ਵਿੱਚ ਜਦੋਂ ਆਪਾਂ ਛੋਟੇ ਛੋਟੇ ਸੀ,
ਉਦੋਂ ਇਹ ਸੁਣੀਦਾ ਸੀ ਫਲਾਣਾ ਦੋ ਤਿੰਨ ਸਾਲ ਬਾਅਦ ਆਇਆ ਕਮਾ ਕੇ ਆਇਆ, ਉਦੋਂ ਉਹਨੂੰ ਜੀ ਆਇਆਂ ਨੂੰ ਕਹਿੰਦੇ ਸੀ, ਉਹਨੂੰ ਕਹਿੰਦੇ ਸੀ ਆ ਪੁੱਤ ਹੁਣ ਤੂੰ ਇੱਥੇ ਕਾਰੋਬਾਰ ਕਰ, ਆਪਣਾ ਵਿਆਹ ਕਰ, ਸੈਟਲ ਹੋ। ਤੇ ਹੁਣ ਜੇ ਕੋਈ ਤਿੰਨ ਸਾਲ ਬਾਅਦ ਆ ਗਿਆ ਤੇ ਬਾਅਦ ਇਹੀ ਕਹਿੰਦੇ ਵੀ ਛੇਤੀ ਨਹੀਂ ਆ ਗਿਆ, ਦੋ ਸਾਲ ਹੋਰ ਲਾ ਲੈਂਦਾ, ਠੀਕ ਹੈ। ਉਹ ਬੰਦਾ ਸੋਚਦਾ ਕਿ ਯਾਰ ਮੈਂ ਤੇ ਉੱਥੇ ਜਾਦਾ ਗਿਆ ਹਰ ਰੋਜ਼, ਰੋਟੀ ਵੀ ਬੁਰਕੀ ਨਹੀਂ ਲੰਘਦੀ, ਰੋ ਰੋ ਕੇ ਪਿੱਛਿਆਂ ਦੀ ਯਾਦ ਆਉਂਦੀ, ਪਿੱਛਲਾ ਚ ਹੋ ਗਿਆ ਮਾਂ ਬਾਪ, ਠੀਕ ਹੈ, ਸਭ ਤੋਂ ਪਹਿਲਾਂ ਮਾਂ ਬਾਪ, ਮਾਂ ਨਾਲ ਜ਼ਿਆਦਾ ਯਾਰੀ ਹੁੰਦੀ, ਪੁੱਤਰ ਦੀ, ਮਾਂ ਪੁੱਤਰ ਦਾ ਰਿਸ਼ਤਾ ਰੱਬ ਨੇ ਬਣਾਇਆ, ਸਿਆਣੇ ਕਹਿੰਦੇ ਮਾਵਾਂ ਪੁੱਤਾਂ ਦੀ ਆਸ਼ਕ ਹੁੰਦੀ। ਹਾਂਜੀ, ਉਹ ਜਿਹੜੇ ਸਾਡੇ ਵਰਗੇ ਹੁਣ 25 ਸਾਲ ਪਿੱਛੇ ਲਾਓ ਤੇ 23-24 ਸਾਲ ਦਾ ਬੰਦਾ ਮੈਂ ਮੁੰਡਾ, ਤੇ ਕੰਮ ਕਾਜ ਦੇ ਤੇ ਜ਼ਿੰਮੇਦਾਰਾਂ ਦੇ ਮੁੰਡਿਆਂ ਕਰਨਾ ਕੀ ਹੁੰਦਾ, ਵਿਹਲੇ ਫਿਰਦੇ, ਕੋਈ ਤਜਰਬਾ ਨਹੀਂ, ਕੁਛ ਨਹੀਂ। ਉਹਨੂੰ ਭੇਜ ਦਿਓ ਸੱਤ ਸਮੁੰਦਰਾਂ ਪਾਰ, ਜਿੱਥੇ ਜਾਵੇ ਵੀ ਗਿਆ ਵੀ ਸਰਦੀਆਂ 'ਚ ਮੈਂ, ਉਹ ਜਿੱਦਣ ਗਿਆ ਤਾਂ ਉਦੋਂ ਉੱਥੇ ਬਰਫ਼ ਪਈ ਪਵੇ, ਟੈਂਪਰੇਚਰ -20, ਨਾ ਪਤਾ ਲੱਗੇ ਵੀ ਇੱਧਰ ਜਾਣਾ ਅਤੇ ਨਾ ਪਤਾ ਲੱਗੇ ਇੱਧਰ ਜਾਣਾ, ਅਤੇ ਬੰਦਾ ਸੋਚਦਾ ਕਿ ਯਾਰ ਮੈਂ ਆਹ ਕਿੱਥੇ ਗਿਆ, ਅਤੇ ਫਿਰ ਉੱਥੇ ਜੇ ਕੰਮ ਲੱਭਣਾ ਅਤੇ ਫਿਰ ਉਹਦੇ ਮਾਹੌਲ ਨੂੰ ਅਡਾਪਟ ਕਰਨਾ, ਅਤੇ ਪਿੱਛੇ ਸਿਰਫ ਇਹ ਵੇਖਦੇ ਯਾਰ ਮਹੀਨਾ ਹੋ ਗਿਆ ਬੰਦੇ ਨੇ ਗਿਆ, ਕੋਈ ਪੈਸੇ ਨਹੀਂ ਭੇਜੇ ਉਹਨੇ, ਇਹ ਨਹੀਂ ਪਤਾ ਕਿ ਮਹੀਨਾ ਤਾਂ ਹਾਲੇ ਉਹਨੂੰ ਇਹ ਨਹੀਂ ਪਤਾ ਲੱਗਿਆ ਮੈਂ ਕਰਨਾ ਕੀ, ਠੀਕ ਹੈ। ਇਸ ਵਾਸਤੇ ਜਿਹੜੇ ਪਾਕਿਸਤਾਨ ਸਾਡੇ ਅਸੀਂ ਲੋਕ ਬਹੁਤ ਮੁਹੱਬਤ ਕਰਨ ਵਾਲੇ, ਕਿਉਂਕਿ ਫੈਮਿਲੀ ਸਿਸਟਮ ਹੈ ਨਾ ਜੀ, ਗੋਰਿਆਂ 'ਚ ਵੀ ਹੈਗਾ ਪਰ ਉਹ ਜਿਹੜੇ ਪਿੰਡਾਂ 'ਚ ਰਹਿੰਦੇ ਨੇ, ਠੀਕ ਹੈ, ਉਹਨਾਂ ਦੇ ਵੀ 6-6, 7-7 ਬੱਚੇ ਨੇ, ਫੈਮਿਲੀ ਸਿਸਟਮ ਹੈ। ਮਗਰ ਪਾਕਿਸਤਾਨ ਦੇ ਵਿੱਚ ਜ਼ਿਆਦਾ, ਇੰਡੀਆ ਪਾਕਿਸਤਾਨ 'ਚ ਅਸੀਂ ਲੋਕ ਫੈਮਿਲੀ ਸਿਸਟਮ ਪਸੰਦ ਕਰਦੇ ਹਾਂ ਕਿ ਸਾਡੇ ਚਾਚਾ ਤਾਇਆ ਵੀ ਰਹਿੰਦਾ, ਇੱਥੋਂ ਤੱਕ ਕਿਸੇ ਸਲੂਕ ਹੋਵੇ ਉਹਨਾਂ ਦੀ ਔਲਾਦਾਂ ਵੀ ਰਹਿੰਦੀਆਂ, ਠੀਕ ਹੈ ਨਾ ਜੀ। ਅਤੇ ਇਸ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਸਾਡੀ ਰਵਾਇਤ ਬਰਕਰਾਰ ਰਹਿਣੀ ਚਾਹੀਦੀ ਹੈ, ਇਹ ਨਹੀਂ ਕਿ ਇੱਕ ਬੰਦਾ ਗਿਆ ਤਾਂ ਉਹਨੇ ਕਿਹਾ ਜੀ ਚਲੋ ਜੀ ਬਾਏ ਬਾਏ, ਮੈਂ ਆਪਣਾ ਕਰ ਲਿਆ, ਤੁਸੀਂ ਆਪਣਾ ਸੋਚੋ। ਅਤੇ ਮਗਰ ਜਿਹੜਾ ਇਹਦੇ 'ਚ ਮੈਂ ਆਪਣਾ ਜ਼ਾਤੀ ਤੁਹਾਨੂੰ ਦੱਸਾਂਗਾ ਕਿ ਜਿਹੜੀ ਮੇਰੇ ਦਿਲ ਨੂੰ ਠੇਸ ਇਹ ਪਹੁੰਚੀ ਹੋਈ ਹੈ ਕਿ ਯਾਰ ਜਿਹੜਾ ਬੰਦਾ ਅੱਖਾਂ ਮੀਟ ਕੇ ਤੁਹਾਨੂੰ, ਤੁਸੀਂ ਚਲੋ ਇਹ ਨਾ ਵੇਖੋ ਦੇਖੋ ਕੀ ਹੈ, ਇਹ ਵੇਖੋ ਵੀ ਤੁਹਾਡਾ 100% ਪ੍ਰੋਬਲਮ ਦੂਰ ਹੋ ਗਈਆਂ, ਤੁਸੀਂ ਆਪਣੇ ਪੈਰਾਂ 'ਤੇ ਖਲੋ ਕੇ ਵੈਲ ਸੈਟਲ ਹੋ ਗਏ, ਅਤੇ ਉਹਨੂੰ ਜੀਆਂ ਨੂੰ ਕਿਉਂ ਨਹੀਂ ਆਖਿਆ ਤੁਸੀਂ, ਕਿਉਂ ਨਹੀਂ ਆਖਿਆ, ਪੈਸਾ ਲੱਗੇ ਨਾ ਕੁਛ, ਕਿਉਂ ਨਹੀਂ ਆਖਿਆ ਕਿ ਭਰਾ ਆ ਜਾ ਹੁਣ, ਜੇ ਭਰਾ ਕਹੇ ਵੀ ਕਿ ਵੀ ਮੈਂ ਉੱਥੇ ਮਕਾਨ ਲੈ ਲਿਆ, ਮੇਰੇ 20 ਬੱਚੇ ਸੈੱਟ, ਉਹਨੂੰ ਕਿਹਾ ਯਾਰ ਸਾਡਾ ਤੇਰੇ ਬਗੈਰ ਦਿਲ ਨਹੀਂ ਲੱਗਦਾ, ਇੰਨੀ ਗੱਲ 'ਚ ਕਿਹੜਾ ਜ਼ੋਰ ਲੱਗਦਾ, ਪਰ ਇਹ ਹੁਣ ਕੰਮ ਮੁੱਕ ਗਿਆ, ਇਹ ਮੁੱਕ ਗਿਆ, ਕਹਿੰਦੇ ਨਹੀਂ ਉਹ ਸਿਰਫ ਇਹ ਪੁੱਛਦੇ, ਅੱਛਾ ਜੀ ਕਦੋਂ ਜਾਣਾ ਤੁਸੀਂ, ਕਿੰਨੀ ਛੁੱਟੀ ਆਏ, 2 ਹਫ਼ਤੇ ਆਏ ਜਾਂ 3 ਹਫ਼ਤੇ, ਇਹ ਗੱਲ ਹੀ ਬੰਦੇ ਨੂੰ ਖਾ ਜਾਂਦੀ, ਉਹ ਕਹਿੰਦਾ ਯਾਰ ਹੁਣ ਮੁੜ ਕੇ ਲੈਣੀ ਕੀ ਆਉਣਾ ਇੱਥੇ, ਇੱਦਾਂ ਹੋਇਆ, ਠੀਕ ਹੈ। ਫਿਰ ਕਹਿੰਦੇ ਪਰਦੇਸੀ ਮੁੜ ਕੇ ਨਹੀਂ ਆਉਂਦੇ, ਉਹ ਤਾਂ ਪਲ ਪਲ ਮਾਰ ਰਹੇ ਹੁੰਦੇ ਆ, ਕਿ ਅਸੀਂ ਜਾਣਾ ਚਾਹੁੰਦੇ ਹਾਂ ਪਰ ਉਹ ਰੋਜ਼ ਚੁੱਕ ਚੁੱਪ ਕਰ ਜਾਂਦੇ ਕਿ ਪਿਛਲੇ ਸਾਦਾ ਹੀ ਨਹੀਂ ਤਾਂ ਜਾਈਏ ਕਿਵੇਂ, ਠੀਕ ਹੈ ਨਾ ਜੀ। ਅਤੇ ਬਸ ਇੰਨੀ ਕੁ ਕਹਾਣੀ ਹੈ ਕਿ ਜਿਹੜਾ ਉੱਥੇ ਟਰੱਕ ਡਰਾਈਵਿੰਗ ਹੈ ਉਹ ਜ਼ਿੰਦਗੀ ਮੌਤ ਦਾ ਖੇਡ ਹੈ, ਉੱਥੇ ਸੋਹਣੇ ਰੱਬ ਨੂੰ ਪਤਾ ਹੈ ਕਿ ਇਸ ਫੇਰੇ ਗਏ ਹਾਂ ਤਾਂ ਜਿਉਂਦੇ ਆਉਣਾ ਕਿ ਨਹੀਂ ਆਉਣਾ, ਠੀਕ ਹੈ ਨਾ। ਹਾਂ, ਅੱਲਾਹ ਤਾਲਾ ਹਫਾਜ਼ਤ ਕਰੇ ਜੀ। ਬੱਸਿਆਂ ਨੇ ਕਹਿੰਦੇ ਵੀ ਪੇਕੇ ਹੁੰਦੇ ਆ ਮਾਂ ਪਿਓ ਨਾਲ, ਤੇ ਪਰਦੇਸੀਆਂ ਦੇ ਵੀ ਪੇਕੇ ਪਿੱਛੇ ਮਾਂ ਪਿਓ, ਹਾਂਜੀ ਮਾਪੇ ਹੀ ਹੁੰਦੇ, ਹਾਂ ਮਾਪੇ ਤੁਰ ਕੇ ਫਿਰ ਪਿੱਛੇ, ਫਿਰ ਉਹ ਵੈਲਕਮ ਨਹੀਂ ਹੁੰਦਾ। ਬਾਜੋ ਮੇਰੀ ਇਹ ਮਾਏ, ਹਾਂ ਤੇਰੇ ਬਾਜੋ ਮੇਰੀ ਇਹ ਮਾਏ, ਇਸ ਧਰਤੀ ਦੇ ਤਿਲਕਣ ਵਿਹੜੇ, ਹਾਂਜੀ ਜਦ ਵੀ ਡਿੱਗਿਆ ਆਪੇ ਹੀ ਉੱਠਿਆ, ਬਿਸਮਿਲ੍ਲਾ ਦੀ ਆਵਾਜ਼ ਨਾ ਆਈ ਨਾ ਕੀੜੀ ਦਾ ਆਟਾ ਡੁੱਲਿਆ, ਤੇ ਮਾਵਾਂ ਤੋਂ ਬਾਅਦ ਕਹਾਣੀ ਕੋਈ ਨਹੀਂ ਜੀ, ਕਹਾਣੀ ਮੁੱਕ ਜਾਂਦੀ ਜੀ। ਬਹਰਹਾਲ ਅੱਛੇ ਦੀ ਉਮੀਦ ਰੱਖਣੀ ਚਾਹੀਦੀ ਹੈ, ਹਾਂਜੀ। ਤੇ ਇਹ ਸਿਰਫ ਮੋਹਤਰਮ ਅੰਜਮ ਸਰੋਇਆ ਸਾਹਿਬ ਦੇ ਨਾਲ
ਇੱਕ ਤੇ ਸਾਡੀ ਮੁਹੱਬਤ ਬਹੁਤ ਜ਼ਿਆਦਾ, ਰੱਬ ਨੇ ਪਤਾ ਨਹੀਂ ਕਿਵੇਂ ਪਾ ਦਿੱਤੀ ਇਹ ਡਰਾਈਵਰਾਂ ਦੀ ਸਾਰਿਆਂ, ਤਾਂ ਹੀ ਤਾਂ ਮੈਂ ਡਰਾਈਵਰ ਯਾ ਮੇਰੇ ਕੋਲ ਆਇਆ, ਜਦੋਂ ਵੀ ਟਰੈਲਾ ਟਰੈਕ ਦਾ ਡਰਾਈਵਰ ਬਾਹਰਲੇ ਮੁਲਕ ਆਇਆ ਕਰੂਗਾ ਅਸੀਂ ਵੀਡੀਓ ਬਣਾਇਆ ਕਰਾਂਗੇ। ਇਹ ਤਾਂ ਖਾਸ ਮੁਹੱਬਤ ਹੈ ਜੀ, ਖਾਸ ਮੁਹੱਬਤ ਹੈ, ਉਹਨਾਂ ਨੇ ਪਿਆਰ ਸਾਨੂੰ ਦਿੱਤਾ ਅਸੀਂ ਵੀ ਇਨਸ਼ਾਅੱਲਾ ਪਿਆਰ ਦਵਾਂਗੇ, ਬਿਲਕੁਲ ਜੀ, ਇਦਾਂ ਹੀ ਦੁੱਖ ਸੁੱਖ ਬਹਿ ਕੇ ਕਰਿਆ ਕਰਾਂਗੇ, ਜਿੰਨੇ ਸਾਡੇ ਟਰੱਕ ਟਰਾਲੇ ਡਰਾਈਵਰ ਜਿਹੜੇ ਮੁਲਕ ਤੋਂ ਵੀ ਆਣਗੇ ਅਸੀਂ ਗੱਲਬਾਤ ਕਰਿਆ ਕਰਾਂਗੇ। ਬਹਰਹਾਲ ਫਾਈਨਲ ਮੈਸੇਜ ਇਹੋ ਹੀ ਹੈ ਜੀ ਕਿ ਜਿਹੜਾ ਵੀ ਬੰਦਾ ਪਰਦੇਸ ਰਹਿੰਦਾ ਉਹਦੀ ਜ਼ਿੰਦਗੀ ਆਸਾਨ ਨਹੀਂ ਹੈਗੀ, ਪੈਸਾ ਹੋਣਾ ਆਸਾਨੀ ਨਹੀਂ ਹੁੰਦੀ, ਜਿਹੜੀ ਅਸਲ ਮੁਹੱਬਤ ਮਾਂ ਬਾਪ ਭੈਣ ਭਰਾਵਾਂ ਤੋਂ ਦੂਰੀ ਹੁੰਦੀ ਹੈ, ਦੋਸਤਾਂ ਯਾਰਾਂ ਤੋਂ ਬਲਕਿ, ਉਹ ਹਰ ਟਾਈਮ ਉੱਥੇ ਮਹਿਸੂਸ ਕਰਦਾ ਅਤੇ ਉਹ ਰੋ ਰੋ ਕੇ ਆਪਣੀ ਜ਼ਿੰਦਗੀ ਗੁਜ਼ਾਰਿਆ ਹੁੰਦਾ, ਉਹਦੇ ਅੱਥਰੂ ਭਾਵੇਂ ਸਾਹਮਣੇ ਨਜ਼ਰ ਨਹੀਂ ਆਉਂਦੇ ਪਰ ਉਹਦੇ ਅੰਦਰ ਜ਼ਰੂਰ ਡਿੱਗ ਰਹੇ ਹੁੰਦੇ ਨੇ। ਸਹੀ ਆ, ਆ ਜਿਹੜੀ ਵੀਡੀਓ ਸਾਡੀਆਂ ਦੇਖਦੇ ਆ ਨਾ ਡਰਾਈਵਰ, ਇਹ ਵੀ ਇੱਕ ਉਹ ਚੀਮਾ ਸਾਹਿਬ ਵਾਲੀ ਗੱਲ ਹੀ ਆ, ਆਪਣੇ ਪਿੱਛੇ ਪਿਛੋਕੜ ਨਾਲ ਜੁੜਨ ਵਾਸਤੇ, ਆਪਣਾ ਧਿਆਨ ਹੋਰ ਪਾਸੇ ਕਰਨ ਵਾਸਤੇ, ਉਹ ਫਿਰ ਸਾਡੀਆਂ ਵੀਡੀਓ ਕਿਤੇ ਲਾ ਲਈਆਂ ਦੇਖ ਲਈਆਂ, ਹਾਂਜੀ ਬਿਲਕੁਲ, ਪਿਆਰ ਆਉਂਦਾ ਫਿਰ ਬਸ ਗੱਲ ਉਹੀ ਆ, ਸਾਡੀਆਂ ਵੀ ਦੁਆਵਾਂ ਜਿੰਨੇ ਸਾਡੇ ਪਰਦੇਸੀ ਭਰਾ ਲਹਿੰਦੇ ਚੜ੍ਹਦੇ ਪੰਜਾਬ ਦੇ ਜਿੱਥੇ ਜਿੱਥੇ ਵੀ ਹੈ ਰੱਬ ਦੀ ਦਾਤ ਸਲਾਮਤ ਰੱਖੇ, ਬਿਲਕੁਲ ਜੀ, ਖਸੂਸੀ ਤੌਰ 'ਤੇ ਅੱਜ ਅਸੀਂ ਬੈਠੇ ਟਰੱਕ ਡਰਾਈਵਰਾਂ ਕਰਕੇ ਅਤੇ ਉਹਨਾਂ ਨਾਲ ਬੈਠੇ ਹਾਂ ਵੀ ਜਿੱਥੇ ਜਿੱਥੇ ਸਾਡੇ ਟਰੱਕ ਡਰਾਈਵਰ ਆ ਅੱਲਾਹ ਤਾਲਾ ਉਹਨੂੰ ਸਲਾਮਤ ਰੱਖੇ, ਅਤੇ ਹੁਣ ਇੱਥੇ ਬੰਦ ਕਰੀਏ, ਹਾਂਜੀ ਬੰਦ ਕਰ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਹੈ ਨਸੀਮਾ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ ਜੀ, ਮਿਹਰਬਾਨੀ ਜਨਾਬ, ਤੁਸੀਂ ਟਾਈਮ ਦਿੱਤਾ ਸਾਨੂੰ ਕਿਉਂਕਿ ਅਸੀਂ ਆਦੀ ਹੈਗੇ ਹਾਂ ਕਿ ਬੰਦੇ ਨੇ ਮਿਲਣਾ ਅਤੇ ਅਪੁਆਇੰਟਮੈਂਟ ਲੈ ਕੇ ਮਿਲਣਾ, ਨਹੀਂ ਜੀ ਮੈਂ ਕਿਹੜਾ 70 ਰੁਪਏ ਟਰਾਲਾ ਚਲਾਉਣਾ, ਨਹੀਂ ਨਹੀਂ, ਯਾਨੀ ਕਿ ਸਾਡੇ ਕੋਲ ਵੀ ਟਾਈਮ ਘੱਟ ਹੁੰਦਾ, ਅਸੀਂ ਆਏ ਹਾਂ ਪਾਕਿਸਤਾਨ, ਪਾਕਿਸਤਾਨ ਆਏ ਹਾਂ ਤਾਂ ਬਹੁਤ ਲਿਮਿਟਿਡ ਟਾਈਮ ਹੁੰਦਾ ਹੈ, ਅਤੇ ਜਿੱਥੇ ਸਾਡੀ ਕੋਸ਼ਿਸ਼ ਹੁੰਦੀ ਕਿ ਸਭ ਨੂੰ ਮਿਲਿਆ ਜਾਏ। ਅੱਛਾ ਇੱਕ ਗੱਲ ਮੇਰੇ ਕੋਲ ਰਹਿ ਗਈ, ਉਹ ਫਿਰ ਆਪਾਂ ਵੀਡੀਓ ਮੁਕਾਉਣ ਲੱਗੇ ਸੀ ਵੀ ਤੁਸੀਂ ਉਹ ਸਾਡੇ ਕੋਲ ਜਿਹੜੇ ਸਰਦਾਰ ਵੀ ਇੱਥੇ ਵੀ ਆਉਂਦੇ, ਤੁਸੀਂ ਦੇਖਿਆ ਹੋਣਾ, ਹਾਂਜੀ ਹਾਂਜੀ ਮੈਂ ਦੇਖਿਆ, ਹਾਂਜੀ ਹਾਂਜੀ, ਤੁਹਾਡਾ ਉੱਥੇ ਵਰਤਾਰਾ ਉਹਨਾਂ ਨਾਲ ਕਿਵੇਂ ਆ, ਕੀ ਗੱਲਬਾਤ ਆ ਜੀ? ਦੇਖੋ ਜੀ, ਜਿਹੜੇ ਜਿੰਨੇ ਵੀ ਪੰਜਾਬੀ ਭਰਾ ਹੈਗੇ, ਪਾਕਿਸਤਾਨੀ ਵੀ ਪੰਜਾਬ ਲੱਗਦਾ, ਅਤੇ ਉੱਥੇ ਕੋਈ ਫਰਕ ਨਹੀਂ ਹੈਗਾ, ਸਭ ਇੱਕ ਦੂਜੇ ਦੀ ਹੈਲਪ ਕਰਦੇ ਨੇ, ਕੋਈ ਮਸਲਾ ਹੋ ਜਾਏ ਅਤੇ ਸਭ ਉਹਦੇ ਨਾਲ ਜੀਆਂ ਨੂੰ ਕਹਿੰਦੇ ਇੱਕ ਦੂਜੇ ਨੂੰ, ਜਿੱਥੇ ਵੀ ਉਤਰਨਗੇ ਹੈਲੋ ਹਾਏ ਕਰਦੇ, ਅਤੇ ਅਸੀਂ ਅਸਲਾਮਾ ਲੈ ਕੇ ਕਹਿ ਦਿੰਦੇ ਸਰਦਾਰ ਹੋਣੀ ਇੰਝ ਕਰਕੇ, ਆਪਣਾ ਜੋ ਬਾਬੇ ਗੁਰੂ ਨਾਨਕ ਸਾਹਿਬ ਦੇ ਸਟਾਈਲ ਵਿੱਚ ਉਹ ਕਰਦੇ, ਅਤੇ ਅਸੀਂ ਬਹੁਤ ਗੱਲਬਾਤ ਕਰਦੇ ਹਾਂ, ਉਹ ਕਹਿੰਦੇ ਜੀ ਅਸੀਂ ਲਾਹੌਰ ਬਹੁਤ ਲਾਈਕ ਕਰਦੇ ਹਾਂ, ਅਸੀਂ ਕਹਿੰਦੇ ਜੀ ਅਸੀਂ ਦਿੱਲੀ ਬਹੁਤ ਲਾਈਕ ਕਰਦੇ, ਸਾਨੂੰ ਇੰਡੀਆ ਬਹੁਤ ਸੋਹਣਾ ਲੱਗਦਾ, ਅਤੇ ਬਸ ਇੱਦਾਂ ਕਫਾ ਸਾਂਝ ਉੱਥੇ ਹੀ ਹੈ ਜੀ, ਬਸ ਇਹ ਸਾਂਝ ਇੱਦਾਂ ਹੀ ਬਣੀ ਰਹੇ ਇਨਸ਼ਾਅੱਲਾ ਜੀ। ਬੜੀ ਮਿਹਰਬਾਨੀ ਜੀ, ਦੱਬ ਬਟਨ ਸਾਡੇ ਮੂੰਹ ਵੱਲ ਦੇਖੀ ਜਾਂਦੇ।